ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਦਾਸ ਦੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਸੇ ਗੁਰਵਾਕ ਹੈ, ਜੈਸੇ ਪਰਦਾਰਾ ਕੋ ਦਰਸ ਦ੍ਰਿਗ ਦੇਖਿਓ ਚਾਹੇ, ਜੈਸੇ ਪਰਦਾਰਾ ਕੋ ਦਰਸ ਦ੍ਰਿਗ ਦੇਖਿਓ ਚਾਹੇ, ਤੈਸੇ ਗੁਰ ਦਰਸ਼ਨ ਦੇਖਤ ਹੈ ਨਾ ਚਾਹ ਕੇ, ਤੈਸੇ ਗੁਰ ਦਰਸ਼ਨ ਦੇਖਤ ਹੈ ਨਾ ਚਾਹ ਕੇ, ਜੈਸੇ ਪਰਨਿੰਦਾ ਸੁਣੇ ਸਾਵਧਾਨ ਸੁਰਤ ਕੇ, ਜੈਸੇ ਪਰਨਿੰਦਾ ਸੁਣੇ ਸਾਵਧਾਨ ਸੁਰਤ ਕੇ, ਤੈਸੇ ਗੁਰ ਸ਼ਬਦ ਸੁਣੇ ਨਾ ਉਤਸ਼ਾਹ ਕੇ, ਜੈਸੇ ਪਰ ਦਰਬ ਹਰਨ ਕੋ ਚਰਨ ਧਾਵੇ, ਜੈਸੇ ਪਰ ਦਰਬ ਹਰਨ ਕੋ ਚਰਨ ਧਾਵੇ, ਤੈਸੇ ਕੀਰਤਨ ਸਾਧ ਸੰਗਤ ਨਾ ਉਮਾ ਕੇ, ਉੱਲੂ ਕਾਗ ਨਾਗ ਧਿਆਨ, ਉੱਲੂ ਕਾਗ ਨਾਗ ਧਿਆਨ, ਖਾਨ ਪਾਨ ਕੋ ਨਾ ਜਾਣੇ, ਉੱਲੂ ਕਾਗ ਨਾਗ ਧਿਆਨ, ਖਾਨ ਪਾਨ ਕੋ ਨਾ ਜਾਣੇ, ਊਚ ਪਦ ਪਾਵੇ ਨਹੀਂ ਨੀਚ ਪਦ ਗਾ ਕੇ। ਦੇਖੋ ਭਾਈ ਗੁਰਦਾਸ ਜੀ ਹੁਣੀ ਆਪਣੇ ਕਵਿਤ ਦੇ ਅੰਦਰ ਦੇਖੋ ਕਿੰਨਾ ਸੁੰਦਰ ਜਿਹੜਾ ਹੈ ਬਿਆਨ ਕੀਤਾ ਹੈ। ਮਹਾਰਾਜ ਕਹਿੰਦੇ ਹਨ, ਜੈਸੇ ਪਰਦਾਰਾ ਕੋ ਦਰਸ ਦ੍ਰਿਗ ਦੇਖਿਓ ਚਾਹੇ। ਜਿਵੇਂ ਕਹਿੰਦੇ ਕੋਈ ਆਦਮੀ ਜਿਹੜਾ ਹੈਗਾ ਕਿਸੇ ਪਰਾਈ ਇਸਤਰੀ ਦਾ ਜਿਹੜਾ ਹੈਗਾ ਰੂਪ ਤੱਕਣ ਵਾਸਤੇ ਅੰਦਰੋਂ ਜਿਹੜਾ ਹੈ ਥੋੜ੍ਹਾ ਤਰਲੋ ਮੱਛੀ ਹੋ ਜਾਂਦਾ ਹੈ, ਅਤੇ ਮਹਾਰਾਜ ਕਹਿੰਦੇ ਤੈਸੇ ਗੁਰ ਦਰਸ਼ਨ ਦੇਖਤ ਹੈ ਨਾ ਚਾਹ ਕੇ। ਪਰ ਕਹਿੰਦੇ ਜੇ ਗੁਰੂ ਦੇ ਦਰਸ਼ਨ ਕਰਨੇ ਹੋਣ ਤਾਂ ਇਸ ਤਰ੍ਹਾਂ ਤਰਲੋ ਮੱਛੀ ਹੋ ਕੇ ਕਹਿੰਦੇ ਦਰਸ਼ਨ ਨਹੀਂ ਕਰਦਾ, ਜਿਸ ਤਰ੍ਹਾਂ ਕਿਸੇ ਪਰਾਈ ਸੁੰਦਰ ਇਸਤਰੀ ਦਾ ਰੂਪ ਤੱਕਣ ਵਾਸਤੇ ਅੰਦਰੋਂ ਤਰਲੋ ਮੱਛੀ ਹੋ ਜਾਂਦਾ ਹੈ। ਇਹ ਪਹਿਲਾ ਪ੍ਰਮਾਣ ਜਿਹੜਾ ਹੈ ਨਾ, ਇਹ ਭਾਈ ਸਾਹਿਬ ਹੁਣੀ ਬੜਾ ਸੁੰਦਰ ਦਿੱਤਾ ਹੈ। ਦੂਸਰਾ ਪ੍ਰਮਾਣ ਕੀ ਹੈ? ਕਹਿੰਦੇ ਜੈਸੇ ਪਰ ਨਿੰਦਾ ਸੁਣੇ ਸਾਵਧਾਨ ਸੁਰਤ ਕੇ। ਜਿਵੇਂ ਕਹਿੰਦੇ ਕੋਈ ਪਰਾਈ ਨਿੰਦਾ ਨੂੰ ਬੜੇ ਹੀ ਸੁਰਤ ਨੂੰ ਧਿਆਨ ਵਿੱਚ ਇਕਾਗਰ ਵਿੱਚ ਰੱਖ ਕੇ ਸੁਣਦਾ ਹੈ, ਅਤੇ ਕਹਿੰਦੇ ਤੈਸੇ ਗੁਰ ਸ਼ਬਦ ਸੁਣੇ ਨਾ ਤਸ਼ਾ ਕੇ। ਪਰ ਜੇ ਗੁਰੂ ਦਾ ਸ਼ਬਦ ਸੁਣਨਾ ਹੋਵੇ ਤਾਂ ਕਹਿੰਦੇ ਉਨਾ ਤਸ਼ਾ ਕੇ ਨਹੀਂ ਸੁਣਦਾ ਜਿੰਨਾ ਕਿਸੇ ਦੀ ਨਿੰਦਾ ਨੂੰ ਸੁਣ ਕੇ ਖੁਸ਼ ਹੁੰਦਾ ਹੈ, ਉਹਨਾਂ ਗੁਰੂ ਦਾ ਸ਼ਬਦ ਸੁਣ ਕੇ ਕਦੀ ਉਹ ਖੁਸ਼ ਨਹੀਂ ਹੁੰਦਾ। ਫਿਰ ਤੀਸਰਾ ਪ੍ਰਮਾਣ ਭਾਈ ਸਾਹਿਬ ਹੁਣੀ ਦਿੱਤਾ ਹੈ, ਜੈਸੇ ਪਰ ਦਰਬ ਹਰਨ ਕੋ ਚਰਨ ਧਾਵੈ। ਕਹਿੰਦੇ ਜਿਵੇਂ ਪਰਾਇਆ ਧਨ ਜਿਹੜਾ ਹੈਗਾ ਉਹ ਲੈਣ ਵਾਸਤੇ ਕਹਿੰਦੇ ਚਰਨ ਉਹਦੇ ਵੱਲੋਂ ਦੌੜ ਪੈਂਦੇ ਹਨ, ਤੈਸੇ ਕੀਰਤਨ ਸਾਧ ਸੰਗਤ ਨਾ ਮਾ ਕੇ। ਇਸੇ ਤਰ੍ਹਾਂ ਕਹਿੰਦੇ ਕੀਰਤਨ ਤਾਂ ਜਿੱਥੇ ਸਾਧ ਸੰਗਤ ਹੁੰਦੀ ਹੋਵੇ ਉਹਦੇ ਵੱਲੋਂ ਕਹਿੰਦੇ ਚਰਨ ਜ਼ਿਆਦਾ ਜ਼ਿਆਦਾ ਕਹਿੰਦੇ ਉਸ ਵੱਲੋਂ ਇੰਨੀ ਛੇਤੀ ਨਹੀਂ ਭੱਜਦਾ ਜਿੰਨਾ ਕਿਸੇ ਪਰਾਏ ਦੌਲਤ ਨੂੰ ਚੱਕਣ ਵਾਸਤੇ ਜਿਹੜਾ ਹੈਗਾ ਇਨਸਾਨ ਭੱਜਦਾ ਹੈ। ਅਤੇ ਅੱਗੇ ਮਹਾਰਾਜ ਕਹਿੰਦੇ ਉੱਲੂ ਕਾਗ ਨਾਗ ਧਿਆਨ, ਖਾਣ ਪਾਨ ਕੋ ਨਾ ਜਾਣੇ। ਕਹਿੰਦੇ ਉਹਦਾ ਸੁਭਾਅ ਜਿਹੜਾ ਹੈ ਫਿਰ ਉੱਲੂ ਦੀ ਤਰ੍ਹਾਂ ਹੁੰਦਾ ਹੈ, ਕਾਂ ਦੀ ਤਰ੍ਹਾਂ ਹੁੰਦਾ ਹੈ, ਸੱਪ ਦੀ ਤਰ੍ਹਾਂ ਹੁੰਦਾ ਹੈ। ਉੱਲੂ ਕਾਗ ਨਾਗ ਧਿਆਨ, ਖਾਣ ਪਾਨ ਕੋ ਨਾ ਜਾਣੇ। ਕਹਿੰਦੇ ਉਹਨੂੰ ਖਾਣ ਅਤੇ ਪੀਣ ਦੀ ਸੁਰਤ ਨਹੀਂ ਹੈ ਜਿਵੇਂ ਉੱਲੂ ਕਾਗ ਅਤੇ ਨਾਗ ਹੈ, ਭਾਵ ਕਿ ਇਹ ਜਿਹੜੀਆਂ ਨਖਿੱਧ ਜੁਨਾਂ ਹੁੰਦੀਆਂ ਹਨ। ਇਸ ਤਰ੍ਹਾਂ ਕਹਿੰਦੇ ਉਹ ਇਨਸਾਨ ਹੁੰਦੇ ਹਨ, ਅਤੇ ਫਿਰ ਕਹਿੰਦੇ ਇਹਦਾ ਫਿਰ ਰਿਜ਼ਲਟ ਕੀ ਹੁੰਦਾ? ਮਹਾਰਾਜ ਕਹਿੰਦੇ ਊਚ ਪਦ ਪਾਵੇ ਨਹੀਂ ਨੀਚ ਪਦ ਗਾ ਕੇ। ਕਹਿੰਦੇ ਫਿਰ ਦੱਸੋ ਬੰਦਾ ਹੈਗਾ ਉੱਚੀ ਪਦਵੀ ਕਿਵੇਂ ਪ੍ਰਾਪਤ ਕਰ ਸਕਦਾ ਹੈ? ਉਹ ਤਾਂ ਹਮੇਸ਼ਾ ਨੀਵੀਂ ਚੀਜ਼ ਦਾ ਹੀ ਗਾਹਕ ਬਣ ਕੇ ਰਹਿੰਦਾ ਹੈ। ਉੱਚੀ ਜਿਹੜੀ ਪਦਵੀ ਆ ਉਹਦੇ ਵਾਸਤੇ ਪਾਉਣੀ ਫਿਰ ਬੜੀ ਮੁਸ਼ਕਲ ਹੋ ਜਾਂਦੀ ਹੈ। ਇਸੇ ਤਰ੍ਹਾਂ ਦਾ ਇੱਕ ਪ੍ਰਸੰਗ ਜਿਹੜਾ ਹੈਗਾ, ਕਲਗੀਧਰ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਨਿਵਾਸ ਕਰਦੇ ਸੀਗੇ ਤਾਂ ਭਾਈ ਮੇਲਾ ਜੀ ਜਿਹੜੇ ਹੁੰਦੇ ਸੀਗੇ, ਭਾਈ ਮੇਲਾ ਜੀ ਦੇ ਜਿਹੜਾ ਪ੍ਰਸੰਗ ਹੈ ਇਹ ਕਲਗੀਧਰ ਮਹਾਰਾਜ ਦੇ ਸਮੇਂ ਦਾ ਹੈ। ਉਹ ਕੀ ਹੈ ਕਿ ਭਾਈ ਮੇਲਾ ਜੀ ਇੱਕ ਐਸੇ ਜਿਹੜੇ ਸੀ ਗੁਰਮੁਖ ਪਿਆਰੇ ਜਿਹੜੇ ਹੈ ਸਿੰਘ ਹੋਏ ਆ, ਜਿਹੜੇ ਬਹੁਤ ਹੀ ਭੋਲੇ ਸੀਗੇ, ਆਰਥਿਕ ਤੌਰ 'ਤੇ ਬੜੇ ਗਰੀਬ ਸੀਗੇ, ਜਾਂ ਇਸ ਤਰ੍ਹਾਂ ਕਹਿ ਲਓ ਵੀ ਜਿਵੇਂ ਧੰਨਾ ਭਗਤ ਜੀ ਹੋਏ ਹਨ, ਸੇਮ ਉਸੇ ਸੁਭਾਅ ਦੇ ਜਿਹੜੇ ਸੀ ਆਪਣੇ ਭਾਈ ਸਾਹਿਬ ਦਾ ਆਪਣਾ ਜੀਵਨ ਹੁੰਦਾ ਸੀਗਾ। ਭਾਈ ਮੇਲਾ ਜੀ ਜਿਹੜਾ ਸੀ ਇਹ ਇਸ ਤਰ੍ਹਾਂ ਜਿਹੜਾ ਸੀ ਆਪਣਾ ਜੀਵਨ ਬਤੀਤ ਕਰਦੇ ਸੀ, ਅਤੇ ਇਹ ਜਿੱਥੇ ਜਿਸ ਜਗ੍ਹਾ 'ਤੇ ਨਿਵਾਸ ਕਰਦੇ ਸੀ ਉੱਥੋਂ ਦੀ ਜੋ ਰਸਤਾ ਜਾਂਦਾ ਸੀਗਾ ਉੱਥੋਂ ਕਦੀ ਕਤਾਈ ਸੰਗਤਾਂ ਜਿਹੜੀਆਂ ਸੀਗੀਆਂ ਜਦੋਂ ਅਨੰਦਪੁਰ ਸਾਹਿਬ ਕਲਗੀਧਰ ਮਹਾਰਾਜ ਦੇ ਦਰਸ਼ਨਾਂ ਨੂੰ ਜਾਂਦੀਆਂ ਸੀਗੀਆਂ
ਤੇ ਇਹਨਾਂ ਦੇ ਰਸਤੇ ਦੇ ਵਿੱਚੋਂ ਹੋ ਕੇ ਨਿਕਲਦੀਆਂ ਹੁੰਦੀਆਂ ਸਨ। ਤਾਂ ਭਾਈ ਮੇਲਾ ਜੀ ਅਨੰਦਪੁਰ ਸਾਹਿਬ ਦੀਆਂ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਜਿਹੜੇ ਸੀ ਉਹ ਅਕਸਰ ਤੱਕਦੇ ਹੁੰਦੇ ਸਨ। ਉਹਨਾਂ ਨੂੰ ਦੇਖ ਕੇ ਇੱਕ ਵਾਰੀ ਭਾਈ ਮੇਲਾ ਜੀ ਦੇ ਮਨ ਦੇ ਵਿੱਚ ਵੀ ਉਤਸ਼ਾਹ ਬਣਿਆ ਕਿ ਮੈਂ ਵੀ ਗੁਰੂ ਦੇ ਦਰਸ਼ਨ ਨੂੰ ਚੱਲਾਂਗਾ। ਸੋ ਉਹ ਵੀ ਇਸੇ ਸਮਾਂ ਬਣਾ ਕੇ ਜਿਹੜਾ ਸੀ ਕਿਸੇ ਸਾਧ ਸੰਗਤ ਦੇ ਜਥੇ ਦੇ ਵਿੱਚ ਜਾ ਆਪਣੇ ਪਹੁੰਚ ਗਏ ਅਤੇ ਉਹਨਾਂ ਦੇ ਨਾਲ ਆਪਣੇ ਅਨੰਦਪੁਰ ਸਾਹਿਬ ਚਲੇ ਗਏ। ਜਦੋਂ ਭਾਈ ਮੇਲਾ ਜੀ ਅਨੰਦਪੁਰ ਸਾਹਿਬ ਪਹੁੰਚੇ ਅਤੇ ਅਨੰਦਪੁਰ ਸਾਹਿਬ ਦਾ ਸਾਰਾ ਜਿਹੜਾ ਪ੍ਰਬੰਧ ਅਤੇ ਉੱਥੇ ਦੀ ਸਾਰੀ ਸ਼ਾਨੋ ਸ਼ੌਕਤ ਦੇਖ ਕੇ ਬੜੇ ਹੈਰਾਨ ਅਤੇ ਪ੍ਰਸੰਨ ਹੋਏ। ਉਹਨਾਂ ਦੇ ਮਨ ਵਿੱਚ ਬੜਾ ਉਤਸ਼ਾਹ ਜਿਹੜਾ ਸੀ ਉਹ ਦੇਖਿਆ ਫੁਰਿਆ ਬਹੁਤ ਹੋਇਆ। ਉਹਨਾਂ ਨੇ ਮਨ ਵਿੱਚ ਖਿਆਲ ਕੀਤਾ ਕਿ ਜਿੰਨੇ ਵੀ ਇੱਥੇ ਸੰਗਤਾਂ ਆਉਂਦੀਆਂ ਹਨ ਸਾਰੀਆਂ ਕੋਈ ਨਾ ਕੋਈ ਸੇਵਾ ਕਰਦੀਆਂ ਰਹਿੰਦੀਆਂ ਹਨ ਅਤੇ ਉਹਨਾਂ ਦੇ ਮਨ ਵਿੱਚ ਵੀ ਉਤਸ਼ਾਹ ਬਣਿਆ ਕਿ ਮੈਂ ਵੀ ਹੋਵਾਂ ਅਤੇ ਇਸ ਤਰ੍ਹਾਂ ਦੀ ਕੋਈ ਸੇਵਾ ਕਰਾਂ। ਉਹਨਾਂ ਨੇ ਇੱਕ ਤਬੇਲੇ ਦੇ ਕੋਲ ਜਿੱਥੇ ਘੋੜਿਆਂ ਦਾ ਤਬੇਲਾ ਸੀਗਾ ਉੱਥੇ ਸਿੰਘ ਸੂਰਮੇ ਜਿਹੜੇ ਸੀਗੇ ਉਹਦੇ ਵਿੱਚ ਵਿਚਰ ਰਹੇ ਸਨ। ਉਹਨਾਂ ਵਿੱਚ ਜਾ ਕੇ ਭਾਈ ਮੇਲਾ ਜੀ ਨੇ ਉਹਨਾਂ ਸਿੰਘਾਂ ਦੇ ਕੋਲ ਜਾ ਕੇ ਥੋੜ੍ਹੀ ਬੇਨਤੀ ਕੀਤੀ ਕਿ ਮੈਨੂੰ ਵੀ ਦਾਸ ਨੂੰ ਕੋਈ ਸੇਵਾ ਬਖਸ਼ੋ। ਜਦੋਂ ਉਹਨਾਂ ਸਿੰਘਾਂ ਨੇ ਭਾਈ ਮੇਲਾ ਜੀ ਵੱਲ ਤੱਕਿਆ ਤੱਕ ਕੇ ਥੋੜ੍ਹੇ ਮੁਸਕਰਾਏ ਅਤੇ ਕਹਿਣ ਲੱਗੇ ਕਹਿੰਦੇ ਭਾਈ ਅਨੰਦਪੁਰ ਸਾਹਿਬ ਜਿਹੜਾ ਹੈਗਾ ਕਲਗੀਧਰ ਮਹਾਰਾਜ ਜੀ ਅਸਤਰਾਂ ਸ਼ਸਤਰਾਂ ਦੇ ਵਿੱਚ ਜ਼ਿਆਦਾ ਪ੍ਰਸੰਨ ਹੁੰਦੇ ਹਨ ਪਰ ਤੁਹਾਡਾ ਸਰੀਰ ਜ਼ਿਆਦਾ ਕਮਜ਼ੋਰ ਹੋਣ ਕਰਕੇ ਤੁਸੀਂ ਆਪ ਹੀ ਦੱਸੋ ਕਿ ਤੁਸੀਂ ਕੋਈ ਯੁੱਧ ਦੇ ਵਿੱਚ ਸੇਵਾ ਨਹੀਂ ਕਰ ਸਕਦੇ, ਕੋਈ ਅਸਤਰ ਸ਼ਸਤਰਾਂ ਦੀ ਸੇਵਾ ਨਹੀਂ ਕਰ ਸਕਦੇ, ਤੁਸੀਂ ਆਪ ਹੀ ਦੱਸੋ ਕਿ ਤੁਸੀਂ ਕੀ ਸੇਵਾ ਕਰਨੀ ਪਸੰਦ ਕਰਦੇ ਹੋ। ਤਾਂ ਭਾਈ ਮੇਲਾ ਜੀ ਨੇ ਕਿਹਾ ਕਹਿੰਦੇ ਕਿ ਮੈਂ ਜਿਹੜਾ ਹੈਗਾ ਇੱਕ ਸਧਾਰਨ ਵਿਅਕਤੀ ਹਾਂ ਅਤੇ ਮੈਂ ਇਹ ਸੇਵਾ ਕਰ ਸਕਦਾ ਹਾਂ ਕਿ ਮੈਂ ਤੁਹਾਡੇ ਘੋੜਿਆਂ ਨੂੰ ਜਿਹੜਾ ਹੈ ਨਾ ਉਹ ਸੁੰਦਰ ਸੁੰਦਰ ਘਾਹ ਲਿਆ ਕੇ ਬੜਾ ਹਰਾ ਘਾਹ ਲਿਆ ਕੇ ਤੁਹਾਡੇ ਘੋੜਿਆਂ ਨੂੰ ਪਾਵਾਂਗਾ। ਜਦੋਂ ਇਹ ਗੱਲ ਭਾਈ ਮੇਲਾ ਜੀ ਨੇ ਤਬੇਲੇ ਵਿੱਚ ਖੜ੍ਹੇ ਸਿੰਘਾਂ ਦੇ ਨਾਲ ਕੀਤੀ ਤਾਂ ਜਿਹੜੇ ਉਸ ਟਾਈਮ ਦੇ ਸਿੰਘ ਸੀ ਉਹ ਭਾਈ ਮੇਲਾ ਜੀ ਦੀ ਗੱਲ ਸੁਣ ਕੇ ਬੜੇ ਬਹੁਤ ਜ਼ਿਆਦਾ ਪ੍ਰਸੰਨ ਹੋਏ। ਉਹਨੇ ਕਿਹਾ ਚਲੋ ਫਿਰ ਠੀਕ ਹੈ ਤੂੰ ਇਸ ਤਰ੍ਹਾਂ ਕਰ ਲਾ, ਅਸੀਂ ਤੈਨੂੰ ਦਾਤੀ ਅਤੇ ਰੰਬਾ ਦੇ ਦਿੰਦੇ ਹਨ ਅਤੇ ਤੂੰ ਜਾ ਕੇ ਸੋਹਣਾ ਕੱਬਲ ਹਰਾ ਘਾਹ ਜਿਹੜਾ ਹੈ ਲਿਆ ਕੇ ਜਿਹੜਾ ਹੈ ਸਿੰਘਾਂ ਦੇ ਘੋੜਿਆਂ ਨੂੰ ਪਾਇਆ ਕਰ। ਭਾਈ ਮੇਲਾ ਜੀ ਨੇ ਉਸੇ ਟਾਈਮ ਦਾਤੀ ਅਤੇ ਰੰਬਾ ਲੈ ਕੇ ਇੱਕ ਛੋਟੀ ਜਿਹੀ ਕੱਪੜੇ ਦੀ ਚਾਦਰ ਲੈ ਕੇ ਜਿਹਦੇ ਵਿੱਚ ਘਾਹ ਬੰਨ੍ਹਦੇ ਹੁੰਦੇ ਸਨ ਉਹ ਲੈ ਕੇ ਜਿਹੜੇ ਸੀ ਬਾਹਰ ਚਲੇ ਗਏ। ਉੱਥੇ ਜਾ ਕੇ ਭਾਈ ਮੇਲਾ ਜੀ ਨੇ ਜੋ ਨਿੱਤ ਦੀ ਕਿਰਿਆ ਸੀ ਬੜਾ ਸੁੰਦਰ ਸੁੰਦਰ ਘਾਹ ਜਿਹੜਾ ਸੀਗਾ ਬਹੁਤ ਹਰਾ ਖੱਬਲ ਘਾਹ ਜਿਹੜਾ ਸੀਗਾ ਉਹ ਖੋਦ ਖੋਦ ਕੇ ਸਿੰਘਾਂ ਦੇ ਘੋੜਿਆਂ ਨੂੰ ਪਾਉਣਾ ਸ਼ੁਰੂ ਕਰ ਦਿੱਤਾ। ਅਤੇ ਇਸ ਤਰ੍ਹਾਂ ਭਾਈ ਮੇਲਾ ਜੀ ਜਿਹੜੇ ਸੀਗੇ ਬੜੇ ਪ੍ਰੇਮ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਜਿਹੜੇ ਸੀ ਉਹ ਸੇਵਾ ਕਰਨ ਲੱਗ ਪਏ। ਇਸ ਤਰ੍ਹਾਂ ਸੇਵਾ ਕਰਦਿਆਂ ਕੁਛ ਦਿਨ ਬੀਤੇ ਅਤੇ ਇੱਕ ਦਿਨ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਸੀਗੇ ਉਹ ਤਬੇਲੇ ਵਿੱਚ ਜਿਹੜੇ ਸੀ ਆਪਣੇ ਫੇਰਾ ਮਾਰਨ ਆਏ। ਉਹਨੇ ਆ ਕੇ ਜਿਹੜੇ ਤਬੇਲੇ ਵਿੱਚ ਜਿੰਨੇ ਵੀ ਘੋੜੇ ਬੰਨ੍ਹੇ ਹੋਏ ਸੀ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਤੱਕਿਆ ਤੱਕੇ ਅਤੇ ਬਹੁਤ ਪ੍ਰਸੰਨ ਹੋਏ ਅਤੇ ਬਹੁਤ ਖੁਸ਼ ਹੋਏ ਅਤੇ ਉਹਨਾਂ ਘੋੜਿਆਂ ਦੇ ਉੱਤੇ ਜਿਹੜਾ ਸੀ ਆਪਣਾ ਜਿਹੜਾ ਸੀ ਮੁਬਾਰਕ ਹੱਥ ਜਿਹੜਾ ਸੀ ਫੇਰ ਕੇ ਫਿਰ ਉੱਥੋਂ ਵਾਪਸ ਫਿਰ ਚਲੇ ਗਏ। ਇਸ ਤਰ੍ਹਾਂ ਭਾਈ ਮੇਲਾ ਜੀ ਆਪਣੀ ਸੇਵਾ ਦੇ ਵਿੱਚ ਨਿਰਵਿਘਨ ਰੋਜ਼ ਜਿਹੜਾ ਸੀ ਹਰਾ ਹਰਾ ਘਾਹ ਲਿਆ ਕੇ ਡੇਲੀ ਜਿਹੜਾ ਸੀ ਦਿਨ ਰਾਤ ਘੋੜਿਆਂ ਨੂੰ ਉਹ ਪਾਉਂਦੇ ਰਹੇ। ਥੋੜ੍ਹੇ ਦਿਨਾਂ ਬਾਅਦ ਇੱਕ ਦਿਨ ਭਾਈ ਸਾਹਿਬ ਦੇ ਜਿਹੜੇ ਇਸ ਪ੍ਰੇਮ ਦੇ ਨਾਲ ਸੇਵਾ ਕਰਦਿਆਂ ਕਰਦਿਆਂ ਘੋੜੇ ਜਿਹੜੇ ਸੀਗੇ ਉਹ ਵੀ ਬੜੇ ਪ੍ਰਸੰਨ ਹੋ ਗਏ ਅਤੇ ਬੜੇ ਹੀ ਰਾਜ਼ੀ ਹੋ ਗਏ। ਇੱਕ ਦਿਨ ਕਲਗੀਧਰ ਮਹਾਰਾਜ ਫਿਰ ਇਸੇ ਤਰ੍ਹਾਂ ਹੀ ਆਪਣੀ ਮੌਜ ਵਿੱਚ ਆ ਕੇ ਜਦੋਂ ਤਬੇਲੇ ਵਿੱਚ ਆਏ ਉਹਨੇ ਆ ਕੇ ਜਦੋਂ ਘੋੜਿਆਂ ਨੂੰ ਦੇਖਿਆ ਤਾਂ ਬੜੇ ਮੁਸਕਰਾਏ। ਮੁਸਕਰਾ ਕੇ ਸਿੰਘਾਂ ਨੂੰ ਕਹਿਣ ਲੱਗੇ ਕਹਿੰਦੇ ਭਈ ਆ ਜਿਹੜੇ ਤੁਹਾਡੇ ਤਬੇਲੇ ਦੇ ਘੋੜੇ ਹਨ ਇਹ ਤਾਂ ਦੂਸਰੇ ਤਬੇਲਿਆਂ ਦੇ ਘੋੜਿਆਂ ਨਾਲੋਂ ਵੀ ਜ਼ਿਆਦਾ ਰਾਜ਼ੀ ਅਤੇ ਤਕੜੇ ਬੜੀ ਛੇਤੀ ਹੋ ਗਏ ਹਨ, ਤੁਸੀਂ ਇਹਨਾਂ ਘੋੜਿਆਂ ਨੂੰ ਕੀ ਆਪਣੇ ਕੀ ਖਿਲਾਉਂਦੇ ਹੋ। ਜਦੋਂ ਕਲਗੀਧਰ ਮਹਾਰਾਜ ਨੇ ਉਸ ਤਬੇਲੇ ਵਿੱਚ ਜਿਹੜੇ ਰਹਿਣ ਵਾਲੇ ਸਿੰਘਾਂ ਦੇ ਨਾਲ ਗੱਲ ਕੀਤੀ ਤਾਂ ਸਿੰਘਾਂ ਨੇ ਬੜੇ ਪ੍ਰੇਮ ਨਾਲ ਦੱਸਿਆ। ਉਹ ਕਹਿਣ ਲੱਗੇ ਕਿ ਦਸ਼ਮੇਸ਼ ਜੀ ਦਰਅਸਲ ਗੱਲ ਇਹ ਹੈ ਕਿ ਇੱਕ ਪ੍ਰੇਮੀ ਜਿਹੜਾ ਹੈਗਾ ਸਾਡੇ ਕੋਲ ਆਇਆ ਹੈ ਅਤੇ ਉਹ ਬੜੇ ਹੀ ਪ੍ਰੇਮ ਦੇ ਨਾਲ ਘਾਹ ਦੀ ਸੇਵਾ ਕਰਦਾ ਹੈ ਅਤੇ ਉਹ ਜਿਹੜਾ ਘਾਹ ਹੈ ਉਹ ਦਿਨ ਰਾਤ ਇਹਨਾਂ ਘੋੜਿਆਂ ਨੂੰ ਪਾਉਂਦਾ ਹੈ ਜਿਹਦੇ ਕਰਕੇ ਇਹ ਜਿਹੜੇ ਘੋੜੇ ਹੈ ਇਹ ਦਿਨੋਂ ਦਿਨ ਜਿਹੜੇ ਤਕੜੇ ਹੋ ਰਹੇ ਹਨ। ਜਦੋਂ ਇਹ ਗੱਲ ਸਿੰਘਾਂ ਨੇ ਕਲਗੀਧਰ ਮਹਾਰਾਜ ਨੂੰ ਦੱਸੀ ਸੀ ਤਾਂ ਫਿਰ ਕਲਗੀਧਰ ਮਹਾਰਾਜ ਸਿੰਘਾਂ ਦੀ ਗੱਲ ਸੁਣ ਕੇ ਬੜੇ ਪ੍ਰਸੰਨ ਹੋਏ। ਉਸ ਪ੍ਰਸੰਨਤਾ ਵਿੱਚ ਆਪ ਨੇ ਬਚਨ ਕੀਤਾ ਕਹਿਣ ਲੱਗੇ ਕਹਿੰਦੇ ਵੀ ਜਿਹੜਾ ਸ਼ਖਸ ਜਿਹੜਾ ਹੈ ਉਹਦਾ ਨਾਂ ਭਾਈ ਮੇਲਾ ਹੈ ਉਹਨੂੰ ਅੱਜ ਸਾਡਾ ਸੁਨੇਹਾ ਦਿਓ ਕਿ ਕਲਗੀਧਰ ਮਹਾਰਾਜ ਤੁਹਾਨੂੰ ਯਾਦ ਕਰਦੇ ਹਨ। ਜਦੋਂ ਇਹ ਗੱਲ ਕਲਗੀਧਰ ਮਹਾਰਾਜ ਨੇ ਨਾਲ ਦੇ ਸਿੰਘਾਂ ਨੂੰ ਜੋ ਤਬੇਲੇ ਵਿੱਚ ਰਹਿਣ ਵਾਲੇ ਸਨ ਉਹਨਾਂ ਨੂੰ ਕਹੀ ਤਾਂ ਸਿੰਘ ਵੀ ਅੰਦਰੋਂ ਬੜੇ ਹੈਰਾਨ ਹੋਏ ਵੀ ਮੇਲਾ ਜਿਹੜਾ ਭਾਈ ਮੇਲਾ ਸੀ ਇਹ ਤਾਂ ਹਜੇ ਕੁਛ ਦਿਨ ਹੀ ਹੋਏ ਆ ਜਿਹੜਾ ਆਇਆ ਸੀਗਾ ਅਤੇ ਕਲਗੀਧਰ ਮਹਾਰਾਜ ਨੇ ਇਹਨਾਂ ਨੂੰ ਇਸ ਮੇਲੇ ਦੀ ਸੇਵਾ ਨੂੰ ਦੇਖ ਕੇ ਖੁਸ਼ ਹੋ ਕੇ ਉਹਨਾਂ ਨੂੰ ਆਪਣੇ ਦਰਸ਼ਨ ਦੇਣ ਦਾ ਵਚਨ ਕਰ ਦਿੱਤਾ ਹੈ।
ਇਹ ਕਹਿ ਕੇ ਕਲਗੀਧਰ ਮਹਾਰਾਜ ਜਿਹੜੇ ਸੀਗੇ ਆਪਣੇ ਨੀਲੇ 'ਤੇ ਸਵਾਰ ਹੋ ਕੇ ਉਸ ਤਬੇਲੇ ਵਿੱਚੋਂ ਆਪਣੇ ਨਿੱਜ ਸਥਾਨ ਨੂੰ ਚਲੇ ਗਏ। ਭਾਈ ਮੇਲਾ ਜੀ ਨੂੰ ਕੋਈ ਖਬਰ ਨਹੀਂ ਸੀ, ਉਹ ਤਾਂ ਬਾਹਰ ਘਾਹ ਖੋਤਣ ਗਏ ਸੀ। ਜਦੋਂ ਸਿੰਘਾਂ ਨੇ ਜਾ ਕੇ ਭਾਈ ਮੇਲੇ ਜੀ ਨੂੰ ਖਬਰ ਦਿੱਤੀ ਕਿ ਕਲਗੀਧਰ ਮਹਾਰਾਜ ਨੇ ਤੁਹਾਨੂੰ ਬੜੇ ਹੀ ਪ੍ਰੇਮ ਨਾਲ ਯਾਦ ਕੀਤਾ ਹੈ। ਜਦੋਂ ਭਾਈ ਮੇਲੇ ਜੀ ਦੇ ਕੰਨ ਵਿੱਚ ਇਹ ਖਬਰ ਪਈ ਤਾਂ ਉਹਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਬਹੁਤ ਹੀ ਉੱਚਾ ਸੰਗੀਤ ਅਤੇ ਸੁੰਦਰਮਈ ਆਨੰਦ ਉਹਦੇ ਅੰਦਰ ਘਰ ਕਰ ਗਿਆ ਹੈ। ਅਤੇ ਭਾਈ ਮੇਲਾ ਜੀ ਨੂੰ ਸਿੰਘ ਕਹਿਣ ਲੱਗੇ ਕਿ ਅੱਜ ਤੁਸੀਂ ਸਵੇਰੇ ਉੱਠ ਕੇ ਪਹਿਲਾਂ ਕਲਗੀਧਰ ਮਹਾਰਾਜ ਦੇ ਦਰਸ਼ਨਾਂ ਵਾਸਤੇ ਜਾਵੋ, ਉਹਨਾਂ ਨੇ ਤੁਹਾਨੂੰ ਯਾਦ ਕੀਤਾ ਹੈ, ਉਸ ਤੋਂ ਬਾਅਦ ਫਿਰ ਤੁਸੀਂ ਘਰ ਦੀ ਸੇਵਾ ਆਰੰਭ ਕਰਿਓ। ਇਹ ਸੁਣ ਕੇ ਭਾਈ ਮੇਲਾ ਜੀ ਨਿੱਤ ਦੀ ਤਰ੍ਹਾਂ ਅੰਮ੍ਰਿਤ ਵੇਲੇ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਜਦੋਂ ਕਲਗੀਧਰ ਮਹਾਰਾਜ ਦੇ ਦਰਸ਼ਨਾਂ ਲਈ ਉਹਨਾਂ ਦੇ ਨਿੱਜ ਸਥਾਨ 'ਤੇ ਗਏ, ਉਹਨਾਂ ਨੇ ਜਾ ਕੇ ਕਲਗੀਧਰ ਮਹਾਰਾਜ ਨੂੰ ਡੰਡੋਤ ਵੰਦਨਾ ਭਾਈ ਮੇਲੇ ਜੀ ਨੇ ਕੀਤੀ। ਜਦੋਂ ਮੇਲੇ ਜੀ ਨੇ ਆਪਣੇ ਡੰਡੋਤ ਵੰਦਨਾ ਕਰਕੇ ਖੜ੍ਹੇ ਹੋਏ ਤਾਂ ਕਲਗੀਧਰ ਮਹਾਰਾਜ ਨੇ ਭਾਈ ਮੇਲੇ ਜੀ ਵੱਲ ਬੜੇ ਹੀ ਪਿਆਰ ਦੀ ਤੱਕਣੀ ਦੇ ਨਾਲ ਤੱਕਿਆ ਅਤੇ ਬੜੇ ਹੀ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਆਓ ਭਾਈ ਮੇਲਾ ਜੀ, ਅਸੀਂ ਤੁਹਾਡੀ ਸੇਵਾ 'ਤੇ ਬੜੇ ਪ੍ਰਸੰਨ ਹਾਂ ਕਿ ਤੁਸੀਂ ਦਿਨ ਰਾਤ ਘੋੜਿਆਂ ਨੂੰ ਬੜੇ ਹੀ ਪ੍ਰੇਮ ਦੇ ਨਾਲ ਹਰਾ ਹਰਾ ਘਾਹ ਜਿਹੜਾ ਰੋਜ਼ ਖਿਲਾਉਂਦੇ ਹੋ। ਸਾਨੂੰ ਇਹ ਵੀ ਦੱਸੋ ਵੀ ਤੁਸੀਂ ਸਾਰਾ ਦਿਨ ਇਸ ਤਰ੍ਹਾਂ ਘਾਹ ਦੀ ਸੇਵਾ ਕਰਦੇ ਹੋ ਅਤੇ ਇਹਦੇ ਨਾਲ ਤੁਸੀਂ ਗੁਰਬਾਣੀ ਵੀ ਪੜ੍ਹਦੇ ਹੋ। ਜਦੋਂ ਇਹ ਗੱਲ ਕਲਗੀਧਰ ਮਹਾਰਾਜ ਨੇ ਭਾਈ ਮੇਲੇ ਜੀ ਨੂੰ ਕਹੀ ਸੀ ਤਾਂ ਭਾਈ ਮੇਲਾ ਜੀ ਦੇ ਅੱਖਰਾਂ ਵਿੱਚੋਂ ਜਿਹੜੇ ਸੀ ਉਸੇ ਟਾਈਮ ਜਿਹੜੇ ਸੀ ਨੇਤਰਾਂ 'ਚੋਂ ਜਲ ਜਿਹੜਾ ਸੀ ਵਹਿ ਤੁਰਿਆ ਸੀ। ਇਸ ਵਹਿੰਦੇ ਜਲ ਵਿੱਚੋਂ ਭਾਈ ਮੇਲਾ ਜੀ ਨੇ ਕਿਹਾ ਹੈ ਕਿ ਮੈਂ ਬਿਲਕੁਲ ਕੋਰਾ ਅਨਪੜ੍ਹ ਬੰਦਾ ਹਾਂ, ਗੁਰਬਾਣੀ ਕੀ ਹੁੰਦੀ ਹੈ, ਪਾਠ ਕੀ ਹੁੰਦਾ ਹੈ, ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਮੈਂ ਤਾਂ ਕੇਵਲ ਇੱਕ ਘਾਹ ਦੀ ਹੀ ਸੇਵਾ ਕਰ ਸਕਦਾ ਹਾਂ, ਬਾਕੀ ਮੈਨੂੰ ਕਿਸੇ ਚੀਜ਼ ਦੀ ਕੋਈ ਜਾਣਕਾਰੀ ਨਹੀਂ। ਜਦੋਂ ਭਾਈ ਮੇਲਾ ਜੀ ਨੇ ਕਲਗੀਧਰ ਮਹਾਰਾਜ ਨੂੰ ਇਹ ਜਿਹੜੇ ਬਚਨ ਸੁਣਾਏ ਸਨ ਆਪਣੇ, ਜੋ ਉਹਨਾਂ ਦੇ ਸੱਚ ਦੇ ਹਿਰਦੇ ਵਿੱਚੋਂ ਪ੍ਰਗਟ ਹੋਏ ਸਨ, ਤਾਂ ਕਲਗੀਧਰ ਮਹਾਰਾਜ ਨੇ ਉਹਨਾਂ ਭਾਈ ਮੇਲਾ ਜੀ ਦੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਬੜੀ ਪ੍ਰਸੰਨਤਾ ਨਾਲ ਆਖਿਆ ਸੀਗਾ ਕਿ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਕਿ ਰੋਜ਼ ਅੰਮ੍ਰਿਤ ਵੇਲੇ ਇਸ ਤਰ੍ਹਾਂ ਸਾਡੇ ਕੋਲ ਸਵੇਰੇ ਸਵੇਰੇ ਆਇਆ ਕਰੋ ਅਤੇ ਅਸੀਂ ਤੁਹਾਨੂੰ ਜਿਹੜੀ ਹੈ ਗੁਰਬਾਣੀ ਦੀ ਇੱਕ ਪੰਕਤੀ ਦੱਸਾਂਗੇ, ਉਹ ਪੰਕਤੀ ਤੁਸੀਂ ਆਪਣੇ ਜਿਹੜੀ ਇਹ ਰਸਨਾ 'ਤੇ ਲੈ ਕੇ ਵਾਰ ਵਾਰ ਜਪੀ ਜਾਣਾ। ਜਦੋਂ ਤੁਸੀਂ ਇਸ ਪੰਕਤੀ ਦਾ ਵਾਰ ਵਾਰ ਸਿਮਰਨ ਅਤੇ ਰੱਟਣ ਕਰੋਗੇ ਅਤੇ ਇਹ ਜਿਹੜੀ ਪੰਕਤੀ ਹੈ ਤੁਹਾਡੇ ਹਿਰਦੇ ਦੇ ਵਿੱਚ ਇੱਕ ਦਿਨ ਘਰ ਕਰ ਜਾਏਗੀ, ਇਸੇ ਤਰ੍ਹਾਂ ਤੁਹਾਨੂੰ ਕਾਫੀ ਬਾਣੀ ਜਿਹੜੀ ਆ ਉਹ ਕੰਠ ਹੋ ਜਾਏਗੀ। ਜਦੋਂ ਕਲਗੀਧਰ ਮਹਾਰਾਜ ਨੇ ਇਸ ਯੁਕਤੀ ਦੇ ਨਾਲ ਭਾਈ ਮੇਲਾ ਜੀ ਨੂੰ ਇਹ ਸਾਰੀ ਗੱਲ ਸਮਝਾਈ ਤਾਂ ਭਾਈ ਮੇਲਾ ਜੀ ਅੰਦਰੋਂ ਬੜੇ ਪ੍ਰਸੰਨ ਹੋਏ। ਉਹਨਾਂ ਨੇ ਇਸ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੱਤਾ ਕਿ ਉਹਨੇ ਸਵੇਰੇ ਸਵੇਰੇ ਆਉਣਾ, ਆ ਕੇ ਜਦੋਂ ਕਲਗੀਧਰ ਮਹਾਰਾਜ ਦੇ ਕੋਲ ਜਾਣਾ, ਜਾ ਕੇ ਡੰਡੋਤ ਵੰਦਨਾ ਕਰਕੇ ਬੜੇ ਨਿਮਰਤਾ ਦੇ ਨਾਲ ਖੜ੍ਹੇ ਹੋਣਾ ਅਤੇ ਫਿਰ ਕਲਗੀਧਰ ਮਹਾਰਾਜ ਨੇ ਭਾਈ ਮੇਲੇ ਨੂੰ ਇੱਕ ਜਿਹੜੀ ਸੀ ਉਹ ਜਪਜੀ ਸਾਹਿਬ ਦੀ ਪੰਕਤੀ ਜਿਹੜੀ ਆ ਉਹ ਦੇ ਦੇਣੀ ਤਾਂ ਭਾਈ ਮੇਲਾ ਜੀ ਫਿਰ ਉਸ ਜਪਜੀ ਸਾਹਿਬ ਦੀ ਪੰਕਤੀ ਨੂੰ ਬੜੇ ਪ੍ਰੇਮ ਦੇ ਨਾਲ ਰੋਜ਼ ਰਟਣ ਕਰਨ ਲੱਗੇ ਅਤੇ ਇਸ ਤਰ੍ਹਾਂ ਕਰਦੇ ਕਰਦੇ ਉਹਨਾਂ ਨੇ ਕਾਫੀ ਬਾਣੀ ਜਿਹੜੀ ਸੀਗੀ ਇਸ ਤਰ੍ਹਾਂ ਕੰਠ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹ ਜਿਹੜਾ ਇਸ ਤਰ੍ਹਾਂ ਸੇਵਾ ਦਾ ਜਿਹੜਾ ਸਾਰਾ ਸਿਲਸਿਲਾ ਸੀ ਇਹ ਕੁਛ ਦਿਨ ਚੱਲਦਾ ਰਿਹਾ। ਇੱਕ ਦਿਨ ਫਿਰ ਕੀ ਹੋਇਆ ਕਿ ਅਨੰਦਪੁਰ ਸਾਹਿਬ ਦੇ ਵਿੱਚ ਰਣਜੀਤ ਨਗਾਰਾ ਵੱਜਿਆ। ਜਦੋਂ ਰਣਜੀਤ ਨਗਾਰਾ ਵੱਜਿਆ ਤਾਂ ਆਲੇ ਦੁਆਲੇ ਦੇ ਜਿੰਨੀਆਂ ਪਹਾੜੀਆਂ ਸੀਗੀਆਂ ਰਣਜੀਤ ਨਗਾਰੇ ਦੀ ਆਵਾਜ਼ ਦੀ ਆਵਾਜ਼ ਨੂੰ ਸੁਣ ਕੇ ਕੰਬ ਉੱਠੀਆਂ ਅਤੇ ਉਸੇ ਟਾਈਮ ਹੀ ਜਿਹੜੇ ਸਾਰੇ ਸਿੰਘ ਸੀਗੇ ਸੂਰਬੀਰ ਉਹ ਇਕੱਠੇ ਹੋਏ ਕਲਗੀਧਰ ਮਹਾਰਾਜ ਦੇ ਚਰਨਾਂ ਵਿੱਚ ਅਤੇ ਕਲਗੀਧਰ ਮਹਾਰਾਜ ਨੇ ਉਹਨਾਂ ਨੂੰ ਫਿਰ ਜੰਗ ਯੁੱਧ ਵਾਸਤੇ ਜਿਹੜਾ ਸੀਗਾ ਉਹ ਹੁਕਮ ਦੇ ਦਿੱਤਾ। ਇਹ ਹੁਕਮ ਲੈ ਕੇ ਸਾਰੇ ਸਿੰਘ ਜਿਹੜੇ ਸੀ ਆਪਣੇ ਅਸਤਰ ਸ਼ਸਤਰ ਅਤੇ ਘੋੜਿਆਂ 'ਤੇ ਸਵਾਰ ਹੋ ਕੇ ਜਦੋਂ ਅੰਮ੍ਰਿਤ ਵੇਲੇ ਜੰਗ ਨੂੰ ਜਾਣ ਲੱਗੇ ਤਾਂ ਉਸੇ ਟਾਈਮ ਭਾਈ ਮੇਲਾ ਜੀ ਜਿਨ੍ਹਾਂ ਨੂੰ ਇਸ ਜੰਗ ਬਾਰੇ ਵੀ ਕੋਈ ਗਿਆਨ ਨਹੀਂ ਸੀਗਾ ਉਹ ਆਪਣੇ ਸੁਭਾਅ ਦੇ ਅਨੁਸਾਰ ਸਵੇਰੇ ਅੰਮ੍ਰਿਤ ਵੇਲੇ ਜਦੋਂ ਕਲਗੀਧਰ ਮਹਾਰਾਜ ਦੇ ਦਰਸ਼ਨਾਂ ਲਈ ਆਏ ਤਾਂ ਉਸ ਟਾਈਮ ਜਿਹੜੇ ਸੀਗੇ ਸਾਰੇ ਸਿੰਘ ਜਿਨ੍ਹਾਂ ਦੀ ਅਗਵਾਈ ਕਲਗੀਧਰ ਮਹਾਰਾਜ ਅੱਗੇ ਹੋ ਕੇ ਆਪ ਕਰ ਰਹੇ ਸਨ ਜੰਗ ਦੀ, ਜਦੋਂ ਤੁਰਨ ਲੱਗੇ ਤਾਂ ਭਾਈ ਮੇਲਾ ਜੀ ਨੇ ਕਲਗੀਧਰ ਮਹਾਰਾਜ ਦੇ ਘੋੜੇ ਦੀ ਲਗਾਮ ਫੜ ਲਈ। ਜਦੋਂ ਕਲਗੀਧਰ ਮਹਾਰਾਜ ਨੇ ਘੋੜੇ ਦੀ ਲਗਾਮ ਫੜੀ ਤਾਂ ਕਲਗੀਧਰ ਮਹਾਰਾਜ ਉਸ ਟਾਈਮ ਵੀਰ ਰਸ ਵਿੱਚ ਪੂਰੇ ਉਤਰੇ ਹੋਏ ਸਨ। ਜਦੋਂ ਇੰਨੀ ਜਿਹੜੀ ਉਹਨਾਂ ਦਾ ਇਸ ਤਰ੍ਹਾਂ ਦਾ ਰੂਪ ਦੇਖ ਕੇ ਭਾਈ ਮੇਲਾ ਜੀ ਜਿਹੜੇ ਸੀਗੇ ਉਹ ਬੜੇ ਹੈਰਾਨ ਹੋਏ ਅਤੇ ਬੜੇ ਅਚਰਜ ਹੋਏ, ਪਰ ਉਹਨਾਂ ਨੇ ਫਿਰ ਵੀ ਆਪਣੇ ਸੁਭਾਅ ਦੇ ਅਨੁਸਾਰ ਕਲਗੀਧਰ ਮਹਾਰਾਜ ਦੇ ਜਿਹੜੇ ਸੀ ਘੋੜੇ ਦੀ ਜਦੋਂ ਲਗਾਮ ਫੜੀ ਤਾਂ ਕਲਗੀਧਰ ਮਹਾਰਾਜ ਨੇ ਭਾਈ ਮੇਲੇ ਜੀ ਵੱਲ ਬੜੀ ਤੱਕਣੀ ਨੂੰ ਬੜੇ ਪਿਆਰ ਅਤੇ ਇੱਕ ਅਗੰਮੀ ਅੰਦਾਜ਼ ਦੇ ਨਾਲ ਤੱਕਿਆ ਅਤੇ ਨਾਲ ਹੀ ਬੜਾ ਗਰਜ ਕੇ ਪੁੱਛਿਆ, ਕਹਿਣ ਲੱਗੇ ਕਹਿੰਦੇ ਭਾਈ ਮੇਲਾ ਇਹ ਕੀ। ਜਦੋਂ ਇੰਨੀ ਗੱਲ ਹੋਈ ਤਾਂ ਭਾਈ ਮੇਲਾ ਜੀ ਨੇ ਦੋਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦੇ ਹੇ ਸੱਚੇ ਪਾਤਸ਼ਾਹ, ਕਹਿੰਦੇ ਗੁਰਬਾਣੀ ਦੀ ਪੰਕਤੀ। ਜਦੋਂ ਕਹਿੰਦੇ ਭਾਈ ਮੇਲਾ ਜੀ ਨੇ ਗੁਰਬਾਣੀ ਦੀ ਪੰਕਤੀ ਲਈ ਅਰਜ਼ ਕੀਤੀ
ਤੇ ਉਸੇ ਜੋਸ਼ ਵਿੱਚ ਕਲਗੀ ਧਰ ਮਹਾਰਾਜ ਨੇ ਫਿਰ ਬੜੇ ਹੀ ਆਪਣੇ ਕਹਿ ਲਓ ਵੀਰ ਰਸ ਦੇ ਅੰਦਰ ਬੜਾ ਗਰਜ ਕੇ ਭਾਈ ਮੇਲੇ ਜੀ ਨੂੰ ਇਹ ਗੱਲ ਆਖੀ। ਕਹਿੰਦੇ ਜਾ ਭਾਈ ਮੇਲਾ, ਨਾ ਵਿਚਾਰੇ ਵਕਤ ਨਾ ਵੇਲਾ। ਜਦੋਂ ਇੰਨੀ ਗੱਲ ਜਿਹੜੀ ਸੀ ਕਲਗੀ ਧਰ ਮਹਾਰਾਜ ਨੇ ਭਾਈ ਮੇਲੇ ਨੂੰ ਆਖੀ ਕਿ ਜਾ ਭਾਈ ਮੇਲਾ, ਨਾ ਵਿਚਾਰੇ ਵਕਤ ਨਾ ਵੇਲਾ। ਤਾਂ ਉਸੇ ਟਾਈਮ ਹੀ ਭਾਈ ਮੇਲੇ ਜੀ ਨੇ ਜ਼ਮੀਨ ਦੇ ਉੱਤੇ ਦੁਬਾਰਾ ਫਿਰ ਡੰਡੌਤ ਵੰਦਨਾ ਕੀਤੀ। ਇਹ ਜਦੋਂ ਆਪਣੇ ਡੰਡੌਤ ਵੰਦਨਾ ਕਰਨ ਲੱਗੇ ਤੇ ਕਹਿੰਦੇ ਉਸੇ ਟਾਈਮ ਫਿਰ ਕਲਗੀ ਧਰ ਮਹਾਰਾਜ ਨੇ ਜਿਹੜਾ ਨੀਲਾ ਘੋੜਾ ਸੀ ਉਹਨੂੰ ਅੱਡੀ ਦਾ ਇਸ਼ਾਰਾ ਦਿੱਤਾ ਤਾਂ ਘੋੜਾ ਜਿਹੜਾ ਸੀ ਉਹ ਹਵਾ ਦੇ ਵਿੱਚ ਸਪਸ਼ਟ ਦੌੜਨਾ ਸ਼ੁਰੂ ਹੋ ਗਿਆ ਤੇ ਨਾਲ ਹੀ ਸਿੰਘਾਂ ਨੇ ਜਕਾਰਿਆਂ ਦੇ ਨਾਲ ਸਾਰਾ ਸਮਾਨ ਗਜਾ ਦਿੱਤਾ ਤੇ ਸਾਰੇ ਸਿੰਘ ਜਿਹੜੇ ਸੀ ਉਹ ਅਨੰਦਪੁਰ ਸਾਹਿਬ ਤੋਂ ਬਾਹਰ ਨਿਕਲ ਗਏ। ਤਾਂ ਭਾਈ ਮੇਲਾ ਜੀ ਜਿਹੜੇ ਸੀਗੇ ਆਪਣੇ ਸੁਭਾਅ ਦੇ ਅਨੁਸਾਰ ਡੰਡੌਤ ਵੰਦਨਾ ਕਰਕੇ ਜਦੋਂ ਉੱਠ ਕੇ ਦੁਬਾਰਾ ਫਿਰ ਘੋੜਿਆਂ ਦੇ ਤਬੇਲੇ ਵਿੱਚ ਆਏ। ਉੱਥੋਂ ਆ ਕੇ ਭਾਈ ਮੇਲਾ ਜੀ ਨੇ ਆਪਣਾ ਰੰਬੀ ਅਤੇ ਦਾਤੀ ਦੇ ਨਾਲ ਜਿਹੜੀ ਆਪਣੀ ਚਾਦਰ ਵਗੈਰਾ ਪੱਠਿਆਂ ਦੀ ਲੈ ਕੇ ਬਾਹਰ ਘਾਹ ਖੋਤਣਾ ਸ਼ੁਰੂ ਕਰ ਦਿੱਤਾ। ਅਤੇ ਪਹਿਲੇ ਹੀ ਸੁਭਾਅ ਦੇ ਅਨੁਸਾਰ ਜਿਵੇਂ ਭਾਈ ਮੇਲਾ ਜੀ ਜਿਹੜੇ ਸੀਗੇ ਉਹ ਗੁਰਬਾਣੀ ਦੀ ਪੰਕਤੀ ਪੜ੍ਹਦੇ ਹੁੰਦੇ ਸਨ ਅਤੇ ਇਸ ਜਿਹੜੀ ਗੱਲ ਅਤੇ ਵਿਚਾਰ ਨੂੰ ਕਲਗੀ ਧਰ ਮਹਾਰਾਜ ਨੂੰ ਭਾਈ ਮੇਲਾ ਜੀ ਨੇ ਗੁਰਬਾਣੀ ਦੀ ਪੰਕਤੀ ਹੀ ਸਮਝ ਲਈ ਸੀ। ਕਿਉਂ ਭਾਈ ਮੇਲਾ ਜੀ ਜਿਹੜੇ ਸੀ ਬੜੇ ਭੋਲੇ ਜਿਹੜੇ ਸੀ ਉਹ ਗੁਰਮੁਖ ਪਿਆਰੇ ਸਨ। ਉਹਨਾਂ ਨੇ ਉਸੇ ਟਾਈਮ ਜਦੋਂ ਰੰਬਾ ਦਾਤੀ ਫੜੀ ਅਤੇ ਜਦੋਂ ਜਾ ਕੇ ਘਾਹ ਖੁੱਤਣਾ ਸ਼ੁਰੂ ਕੀਤਾ ਅਤੇ ਨਾਲ ਹੀ ਇਸ ਗੱਲ ਨੂੰ ਸਿਮਰਨ ਦੀ ਵਿਧੀ ਅਨੁਸਾਰ ਜਿਹੜਾ ਸੀਗਾ ਰੋਜ਼ ਦੀ ਤਰ੍ਹਾਂ ਇਹ ਜਿਹੜਾ ਸੀ ਪੜ੍ਹਨਾ ਸ਼ੁਰੂ ਕਰ ਦਿੱਤਾ। ਜਾ ਭਾਈ ਮੇਲਾ, ਨਾ ਵਿਚਾਰੇ ਵਕਤ ਨਾ ਵੇਲਾ। ਜਾ ਭਾਈ ਮੇਲਾ, ਨਾ ਵਿਚਾਰੇ ਵਕਤ ਨਾ ਵੇਲਾ। ਜਦੋਂ ਭਾਈ ਮੇਲਾ ਜੀ ਨੇ ਇਸ ਗੱਲ ਦਾ ਗੁਰਬਾਣੀ ਦੀ ਪੰਕਤੀ ਸਮਝ ਕੇ ਵਾਰ ਵਾਰ ਰਟਣ ਕਰਨਾ ਸ਼ੁਰੂ ਕੀਤਾ ਅਤੇ ਜਿਹੜੇ ਨਾਲ ਦੇ ਹੋਰ ਸਿੰਘ ਜਿਹੜੇ ਘਾਹ ਦੀ ਸੇਵਾ ਲਈ ਵੀ ਗਏ ਹੋਏ ਸਨ ਉਹ ਭਾਈ ਮੇਲਾ ਜੀ ਨੂੰ ਕਹਿਣ ਲੱਗੇ ਵੀ ਆਹ ਜਿਹੜੀ ਤੁਸੀਂ ਆਪ ਚੀਜ਼ ਪੜ੍ਹਦੇ ਹੋ ਕਿ ਜਾ ਭਾਈ ਮੇਲਾ, ਨਾ ਵਿਚਾਰੇ ਵਕਤ ਨਾ ਵੇਲਾ, ਇਹ ਜਪਜੀ ਸਾਹਿਬ ਦੀ ਗੁਰਬਾਣੀ ਨਹੀਂ ਹੈ। ਇਹ ਤਾਂ ਕਲਗੀ ਧਰ ਮਹਾਰਾਜ ਨੇ ਤੁਹਾਨੂੰ ਸਮਝਾਉਣ ਵਾਸਤੇ ਕਿਹਾ ਸੀਗਾ ਕਿ ਇਹ ਸਮਾਂ ਜਿਹੜਾ ਹੈਗਾ ਹੁਣ ਗੁਰਬਾਣੀ ਵਿਚਾਰ ਦਾ ਨਹੀਂ ਹੈ, ਇਹ ਸਮਾਂ ਹੁਣ ਜੰਗ ਯੁੱਧ ਦਾ ਹੈ। ਅਤੇ ਜਦੋਂ ਇਹ ਗੱਲ ਜਿਹੜੇ ਸੀ ਨਾਲ ਦੇ ਜਿੰਨੇ ਸੇਵਾਦਾਰ ਸੀ ਉਹਨਾਂ ਨੇ ਭਾਈ ਮੇਲੇ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਈ ਮੇਲਾ ਜੀ ਕਹਿਣ ਲੱਗੇ ਕਹਿੰਦੇ ਨਹੀਂ ਤੂੰ ਇਹ ਤੁਸੀਂ ਸਾਰੇ ਝੂਠ ਬੋਲਦੇ ਹੋ, ਇਹ ਕਿਵੇਂ ਹੋ ਸਕਦਾ ਹੈ। ਜਦ ਰੋਜ਼ ਹੀ ਕਲਗੀ ਧਰ ਮਹਾਰਾਜ ਮੈਨੂੰ ਇੱਕ ਗੁਰਬਾਣੀ ਦੀ ਪੰਕਤੀ ਦਿੰਦੇ ਹਨ ਅਤੇ ਮੈਂ ਉਹ ਰੋਜ਼ ਯਾਦ ਕਰਦਾ ਹਾਂ, ਇਸ ਤਰ੍ਹਾਂ ਮੈਨੂੰ ਵੀ ਕਾਫੀ ਬਾਣੀ ਇਕੱਠ ਹੋ ਗਈ ਹੈ ਅਤੇ ਫਿਰ ਇਹ ਵੀ ਤਾਂ ਗੁਰਬਾਣੀ ਦੀ ਪੰਕਤੀ ਹੈ, ਕਲਗੀ ਧਰ ਮਹਾਰਾਜ ਕਿਵੇਂ ਝੂਠ ਬੋਲ ਸਕਦੇ ਹਨ। ਪਰ ਇਹਨਾਂ ਦਾ ਭਾਈ ਮੇਲਾ ਜੀ ਦਾ ਭੋਲਾਪਨ ਦੇਖ ਕੇ ਬਾਕੀ ਜਿਹੜੇ ਗੁਰਮੁਖ ਪਿਆਰੇ ਘਾਹੀ ਸਿੰਘ ਸਨ ਉਹ ਫਿਰ ਚੁੱਪ ਕਰ ਗਏ। ਭਾਈ ਮੇਲਾ ਜੀ ਆਪਣੇ ਉਸੇ ਹੀ ਮੌਜ ਅਤੇ ਆਨੰਦ ਦੇ ਵਿੱਚ ਨਾਲੇ ਘਾਹ ਰੋਜ਼ ਲਾਇਆ ਕਰਨ ਅਤੇ ਨਾਲੇ ਇਸੇ ਪੰਕਤੀ ਨੂੰ ਵਾਰ ਵਾਰ ਦੁਹਰਾਇਆ ਕਰਨ ਕਿ ਜਾ ਭਾਈ ਮੇਲਾ, ਨਾ ਵਿਚਾਰੇ ਵਕਤ ਨਾ ਵੇਲਾ। ਜਾ ਭਾਈ ਮੇਲਾ, ਨਾ ਵਿਚਾਰੇ ਵਕਤ ਨਾ ਵੇਲਾ। ਜੋ ਇਸ ਤਰ੍ਹਾਂ ਕਰਦੇ ਕਰਦੇ ਜਿਹੜਾ ਸੀ ਸਮਾਂ ਆਪਣੀ ਰਫ਼ਤਾਰ ਫੜਦਾ ਗਿਆ ਅਤੇ ਫਿਰ ਉਹ ਵੀ ਦਿਨ ਆ ਗਿਆ ਜਿਸ ਦਿਨ ਫਿਰ ਕਲਗੀ ਧਰ ਮਹਾਰਾਜ ਆਪਣੀ ਜੰਗ ਨੂੰ ਫਤਿਹ ਕਰਕੇ ਵਾਪਸ ਅਨੰਦਪੁਰ ਸਾਹਿਬ ਪਹੁੰਚੇ। ਜਿਉਂ ਹੀ ਕਲਗੀ ਧਰ ਮਹਾਰਾਜ ਜੀ ਜਿਹੜੇ ਸੀ ਉਸ ਜੰਗ ਨੂੰ ਫਤਿਹ ਕਰਕੇ ਵਾਪਸ ਅਨੰਦਪੁਰ ਸਾਹਿਬ ਪਹੁੰਚੇ ਤਾਂ ਭਾਈ ਜਿਹੜਾ ਮੇਲਾ ਸੀਗਾ ਇਹ ਵੀ ਆਪਣੇ ਦਰਸ਼ਨਾਂ ਨੂੰ ਹਾਜ਼ਰ ਹੋਇਆ। ਜਦੋਂ ਇੰਨੀ ਗੱਲ ਹੋਈ ਤਾਂ ਕਲਗੀ ਧਰ ਮਹਾਰਾਜ ਨੇ ਆਉਂਦਿਆਂ ਸਾਰ ਪਹਿਲਾਂ ਅਨੰਦਪੁਰ ਸਾਹਿਬ ਦੀ ਸੁੱਖ ਸ਼ਾਂਤ ਪੁੱਛੀ ਤਾਂ ਸਾਰਿਆਂ ਨੇ ਜਿਹੜੇ ਸੀ ਸੁੱਖ ਸ਼ਾਂਤ ਦੱਸਣ ਤੋਂ ਬਾਅਦ ਕਲਗੀ ਧਰ ਮਹਾਰਾਜ ਨੂੰ ਇਹ ਬੇਨਤੀ ਦੇ ਰੂਪ ਵਿੱਚ ਦੱਸਿਆ ਕਿ ਇੱਥੇ ਇੱਕ ਪ੍ਰੇਮੀ ਸੱਜਣ ਭਾਈ ਮੇਲਾ ਜੀ ਕਰਕੇ ਜਿਹੜੇ ਰੋਜ਼ ਘਾਹ ਦੀ ਸੇਵਾ ਕਰਦੇ ਹਨ, ਜਿਨ੍ਹਾਂ ਨੇ ਤੁਹਾਡੇ ਜੰਗ ਦੇ ਜਾਣ ਸਮੇਂ ਤੁਹਾਡੇ ਘੋੜੇ ਦੀ ਲਗਾਮ ਫੜ ਲਈ ਸੀ ਅਤੇ ਤੁਸੀਂ ਉਹਨਾਂ ਨੂੰ ਆਪਣੇ ਕਿਸੇ ਅੰਦਾਜ਼ ਦੇ ਵਿੱਚ ਇਹ ਗੱਲ ਸਮਝਾਈ ਸੀ ਕਿ ਜਾ ਭਾਈ ਮੇਲਾ, ਨਾ ਵਿਚਾਰੇ ਵਕਤ ਨਾ ਵੇਲਾ, ਕਿ ਇਹ ਸਮਾਂ ਗੁਰਬਾਣੀ ਦੀ ਪੰਕਤੀ ਦਾ ਨਹੀਂ ਹੈ, ਇਹ ਸਮਾਂ ਤਾਂ ਸਗੋਂ ਖੰਡਾ ਖੜਕਾਉਣ ਦਾ ਹੈ। ਜਦੋਂ ਇਹ ਗੱਲ ਤੁਸੀਂ ਭਾਈ ਮੇਲੇ ਜੀ ਨੂੰ ਦੱਸੀ ਸੀ ਤਾਂ ਭਾਈ ਮੇਲਾ ਜੀ ਜਿਹੜੇ ਸੀਗੇ ਇਸ ਸਾਰੀ ਜਿਹੜੀ ਆਪਣੇ ਢਾਡੀ ਦੱਸਣ ਦਾ ਤਰੀਕਾ ਸੀਗਾ ਇਹਨੂੰ ਗੁਰਬਾਣੀ ਦੀ ਪੰਕਤੀ ਸਮਝ ਕੇ ਇਹਦਾ ਰੋਜ਼ ਹੀ ਸਿਮਰਨ ਸਾਧਨਾ 'ਤੇ ਰੱਟਣ ਕਰਦੇ ਹਨ। ਜਦੋਂ ਸਾਰੇ ਸਿੰਘਾਂ ਨੇ ਭਾਈ ਮੇਲਾ ਜੀ ਦੀ ਇਸ ਗੱਲ ਨੂੰ ਬੜੇ ਮਜ਼ਾਕ ਦੇ ਨਾਲ ਜਿਹੜਾ ਸੀ ਕਲਗੀ ਅਤੇ ਵਿਅੰਗ ਦੇ ਨਾਲ ਕਲਗੀ ਧਰ ਮਹਾਰਾਜ ਅੱਗੇ ਇਹ ਗੱਲ ਦੱਸੀ ਤਾਂ ਕਲਗੀ ਧਰ ਮਹਾਰਾਜ ਸਾਰੇ ਸਿੰਘਾਂ ਦੀ ਗੱਲ ਸੁਣ ਕੇ ਚੁੱਪ ਕਰ ਗਏ ਅਤੇ ਬੋਰੀ ਗੰਭੀਰ ਹੋ ਗਏ। ਇਸ ਗੰਭੀਰਤਾ ਵਿੱਚ ਕਲਗੀ ਧਰ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਭਾਈ ਮੇਲਾ ਜਿਹੜਾ ਸੀਗਾ ਇਹ ਆਪਣੇ ਹੁਣ ਅੰਦਰ ਚਲਾ ਗਿਆ, ਭਾਵ ਕਿ ਭਾਈ ਮੇਲੇ ਜੀ ਦਾ ਹੁਣ ਦਸਵਾਂ ਦੁਆਰ ਜਿਹੜਾ ਸੀਗਾ ਉਹ ਖੁੱਲ੍ਹ ਗਿਆ ਅਤੇ ਉਹ ਆਪਣੇ ਨਿੱਜ ਸਰੂਪ ਦੇ ਵਿੱਚ ਪਹੁੰਚ ਗਿਆ ਹੈ। ਜਦੋਂ ਇਹ ਗੱਲ
ਕਲਗੀ ਧਰਮ ਮਹਾਰਾਜ ਨੇ ਨਾਲ ਦੇ ਸਾਰੇ ਸਿੰਘਾਂ ਨੂੰ ਦੇਖੀ, ਜਿਨ੍ਹਾਂ ਨੇ ਬੜੇ ਵਿਅੰਗ ਅਤੇ ਬੜੇ ਹਾਸਮਈ ਤਰੀਕੇ ਦੇ ਨਾਲ ਭਾਈ ਮੇਲਾ ਜੀ ਦੀ ਗੱਲ ਕਲਗੀ ਧਰਮ ਮਹਾਰਾਜ ਨੂੰ ਦੱਸੀ ਸੀਗੀ। ਅਤੇ ਜਦੋਂ ਇਹ ਗੱਲ ਹੋਈ ਸੀ ਤਾਂ ਫਿਰ ਉਹ ਸਾਰੇ ਹੱਕੇ ਬੱਕੇ ਹੋ ਗਏ। ਉਹ ਸੋਚਣ ਲੱਗੇ, ਇੱਕ ਦੂਜੇ ਵੱਲ ਦੇਖਣ ਲੱਗੇ ਕਿ ਸਾਨੂੰ ਤਾਂ ਕਈ ਸਾਲ ਹੋ ਗਏ ਹਨ ਇਸ ਅਨੰਦਪੁਰ ਸਾਹਿਬ ਦੇ ਵਿੱਚ, ਅਸੀਂ ਰੋਜ਼ ਕਲਗੀ ਧਰਮ ਮਹਾਰਾਜ ਦੀ ਸੇਵਾ ਕਰਦੇ ਹਾਂ, ਦੋ ਟਾਈਮ ਦਰਸ਼ਨ ਕਰਦੇ ਹਾਂ, ਪਰ ਸਾਨੂੰ ਤਾਂ ਅਜੇ ਤੱਕ ਕਲਗੀ ਧਰਮ ਮਹਾਰਾਜ ਨੇ ਅੰਦਰ ਨਹੀਂ ਤੋਰਿਆ, ਸਾਡਾ ਤਾਂ ਅਜੇ ਤੱਕ ਦਸਵਾਂ ਦੁਆਰ ਨਹੀਂ ਖੋਲ੍ਹਿਆ। ਲੇਕਿਨ ਭਾਈ ਮੇਲੇ ਨੂੰ ਆਏ ਨੂੰ ਤਾਂ ਹਜੇ ਇੱਕ ਦੋ ਮਹੀਨੇ ਹੀ ਹੋਏ ਹਨ, ਤਾਂ ਉਹਦਾ ਜਿਹੜਾ ਹੈਗਾ ਇੱਕ ਦੋ ਮਹੀਨਿਆਂ ਦੇ ਵਿੱਚ ਹੀ ਉਹ ਤਾਂ ਦਸਵਾਂ ਦੁਆਰ ਖੋਲ੍ਹ ਦਿੱਤਾ ਹੈ, ਅਤੇ ਉਹਨੂੰ ਜਿਹੜੀ ਆਪਣੀਆਂ ਖੁਸ਼ੀਆਂ ਅਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਉਹਨੂੰ ਸਭ ਕੁਛ ਬਖਸ਼ ਦਿੱਤਾ ਹੈ। ਉਹਨਾਂ ਨੇ ਕਲਗੀ ਧਰਮ ਮਹਾਰਾਜ ਦੇ ਅੱਗੇ ਜਿਹੜਾ ਸੀਗਾ ਇਹ ਪ੍ਰਸ਼ਨ ਜਿਹੜਾ ਰੱਖਣ ਦੀ ਕੋਸ਼ਿਸ਼ ਕੀਤੀ, ਅਤੇ ਨਾਲ ਹੀ ਸ਼ਿਕਾਇਤ ਕੀਤੀ, ਕਹਿੰਦੇ ਕਹਿਣ ਲੱਗੇ ਵੀ ਗੱਲ ਇੱਕ ਹੈ, ਸਾਨੂੰ ਕਈ ਸਾਲ ਹੋ ਗਏ ਹਨ ਦਸ਼ਮੇਸ਼ ਜੀ ਕਿ ਅਸੀਂ ਅਜੇ ਤੱਕ ਸਾਨੂੰ ਤੁਸੀਂ ਅੰਦਰ ਨਹੀਂ ਤੋਰਿਆ, ਪਰ ਭਾਈ ਮੇਲਾ ਜਿਹੜਾ ਇੱਕ ਬਹੁਤ ਹੀ ਜਿਹੜਾ ਭੋਲਾ ਆਦਮੀ ਹੈ ਅਤੇ ਜਿਹਨੂੰ ਕੋਈ ਗੁਰਬਾਣੀ ਦਾ ਗਿਆਨ ਵੀ ਨਹੀਂ ਹੈ, ਤੁਸੀਂ ਉਹਨਾਂ ਨੂੰ ਦੋ ਮਹੀਨੇ ਦੇ ਵਿੱਚ ਹੀ ਅੰਦਰ ਤੋੜ ਦਿੱਤਾ ਹੈ, ਉਹਨੂੰ ਤੁਸੀਂ ਆਪਣਾ ਸਰੂਪ ਦਿਖਾ ਦਿੱਤਾ ਹੈ। ਜਦੋਂ ਇਹ ਗੱਲ ਜਿਹੜੀ ਸੀ ਸਿੰਘਾਂ ਨੇ ਕਲਗੀ ਧਰਮ ਮਹਾਰਾਜ ਨੂੰ ਦੱਸੀ ਸੀ, ਅਤੇ ਕਲਗੀ ਧਰਮ ਮਹਾਰਾਜ ਕਹਿਣ ਲੱਗੇ, ਕਹਿੰਦੇ ਚਲੋ ਠੀਕ ਹੈ, ਅਸੀਂ ਤੁਹਾਡੀ ਸ਼ਿਕਾਇਤ ਜਿਹੜੀ ਹੈਗੀ ਆ ਉਹ ਅੱਜ ਹੀ ਦੂਰ ਕਰ ਦਿੰਦੇ ਹਾਂ, ਅਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਸਾਡੇ ਜਿਹੜੇ ਮੇਨ ਤੰਬੂ ਹੈ ਉਹਦੇ ਵਿੱਚ ਆ ਜਾਓ, ਉਹਦੇ ਵਿੱਚ ਅਸੀਂ ਤੁਹਾਡੀ ਸ਼ਿਕਾਇਤ ਜਿਹੜੀ ਹੈ ਦੂਰ ਕਰ ਦੇਵਾਂਗੇ। ਜਦੋਂ ਇਹ ਗੱਲ ਕਲਗੀ ਧਰਮ ਮਹਾਰਾਜ ਨੇ ਨਾਲ ਦੇ ਸਿੰਘਾਂ ਨੂੰ ਦੱਸੀ ਸੀ ਤਾਂ ਫਿਰ ਸਿੰਘ ਬਹੁਤ ਖੁਸ਼ ਹੋਏ ਅਤੇ ਸਾਰੇ ਇਕੱਠੇ ਹੋ ਕੇ ਜਿਹੜੇ ਸੀਗੇ ਉਸ ਤੰਬੂ ਦੇ ਅੰਦਰ ਚਲੇ ਗਏ। ਜਦੋਂ ਸਾਰੇ ਸਿੰਘ ਉਸ ਤੰਬੂ 'ਤੇ ਚਲੇ ਗਏ ਤਾਂ ਕਲਗੀ ਧਰਮ ਮਹਾਰਾਜ ਆਪਣੇ ਨਿੱਜ ਰੂਪ ਸਿੰਘਾਸਣ ਦੇ ਉੱਤੇ ਬਿਰਾਜਮਾਨ ਹੋ ਗਏ। ਜਦੋਂ ਬਿਰਾਜਮਾਨ ਹੋਏ ਤਾਂ ਕਲਗੀ ਧਰਮ ਮਹਾਰਾਜ ਨੇ ਉਹਨਾਂ ਸਿੰਘਾਂ ਨੂੰ ਆਖਿਆ ਕਿ ਜਿਹੜੇ ਭਾਈ ਸ਼ਿਕਾਇਤ ਕਰਦੇ ਹਨ ਕਿ ਸਾਨੂੰ ਇੰਨੇ ਸਾਲ ਹੋ ਗਏ ਤੁਸੀਂ ਸਾਨੂੰ ਜਿਹੜਾ ਅੰਦਰ ਨਹੀਂ ਤੋਰਿਆ, ਉਹ ਇੱਕ ਪਾਸੇ ਖੜ੍ਹੇ ਹੋ ਜਾਓ। ਇੰਨੀ ਕਹਿਣ ਦੀ ਡੇਰ ਸੀ ਤਾਂ ਬਹੁਤ ਸਾਰੇ ਜਿਹੜੇ ਸਿੰਘ ਸੀਗੇ ਉਹਨਾਂ ਵਿੱਚ ਉੱਠ ਕੇ ਇੱਕ ਪਾਸੇ ਖੜ੍ਹੇ ਹੋ ਗਏ। ਜਦੋਂ ਪਾਸੇ ਖੜ੍ਹੇ ਹੋਏ ਤਾਂ ਕਲਗੀ ਧਰਮ ਮਹਾਰਾਜ ਕਹਿੰਦੇ ਚਲੋ ਠੀਕ ਹੈ, ਹੁਣ ਤੁਹਾਡੀ ਅਸੀਂ ਸ਼ਿਕਾਇਤ ਦੂਰ ਕਰ ਦਿੰਦੇ ਹਨ। ਉਸੇ ਟਾਈਮ ਕਲਗੀ ਧਰਮ ਮਹਾਰਾਜ ਨੇ ਇੱਕ ਪਾਣੀ ਦਾ ਵੱਡਾ ਸਾਰਾ ਲੋਟਾ ਜਿਹੜਾ ਸੀ ਮੰਗਾਇਆ ਅਤੇ ਨਾਲ ਦੇ ਸੇਵਾਦਾਰਾਂ ਨੂੰ ਬੇਨਤੀ ਕਹਿੰਦੀ, ਕਹਿੰਦੇ ਇਸ ਤਰ੍ਹਾਂ ਕਰੋ, ਇਹ ਜਿਹੜਾ ਲੋਟੇ ਦਾ ਪਾਣੀ ਹੈ ਇਸ ਨੂੰ ਗਰਮ ਕਰੋ ਅਤੇ ਇਹਦੇ ਵਿੱਚ ਲਿਆ ਕੇ ਭੰਗ ਜਿਹੜੀ ਹੈ, ਭੰਗ ਦੇ ਪੱਤੇ ਜਿਹੜੇ ਹੈ ਇਸ ਪਾਣੀ ਦੇ ਵਿੱਚ ਪਾ ਦਿਓ। ਅਤੇ ਉਹਨਾਂ ਸੇਵਾਦਾਰਾਂ ਨੇ ਇਸ ਤਰ੍ਹਾਂ ਹੀ ਕੀਤੀ, ਇੱਕ ਪਾਣੀ ਦਾ ਬਹੁਤ ਵੱਡਾ ਲੋਟਾ ਲਿਆ ਕੇ ਉਹਨੂੰ ਇੱਕ ਖੁੱਲ੍ਹੇ ਬਰਤਨ ਦੇ ਵਿੱਚ ਪਾ ਕੇ ਅਤੇ ਉਹਦੇ ਵਿੱਚ ਭੰਗ ਪਾ ਕੇ ਉਸ ਜਿਹੜਾ ਪਾਣੀ ਸੀਗਾ ਉਹਨੂੰ ਇੱਕ ਅੱਗ ਦੇ ਉੱਤੇ ਰੱਖ ਕੇ ਤਾਂ ਫਿਰ ਉਬਾਲਣਾ ਸ਼ੁਰੂ ਕਰ ਦਿੱਤਾ। ਜਦੋਂ ਜਿਹੜਾ ਸੀ ਪਾਣੀ ਰਿੱਝਣਾ ਸ਼ੁਰੂ ਹੋ ਗਿਆ ਅਤੇ ਉਹਦੇ ਵਿੱਚ ਪਾਈ ਹੋਈ ਭੰਗ ਜਿਹੜੀ ਸੀ ਉਹ ਵੀ ਆਪਣਾ ਅਸਰ ਦਿਖਾ ਗਈ। ਅਤੇ ਉਸ ਤੋਂ ਬਾਅਦ ਕਲਗੀ ਧਰਮ ਮਹਾਰਾਜ ਨੇ ਕਿਹਾ ਕਿ ਇਸ ਤਰ੍ਹਾਂ ਕਰੋ, ਹੁਣ ਇਹ ਸਾਰਾ ਜਿਹੜਾ ਪਾਣੀ ਹੈ ਜਿਹੜਾ ਬਹੁਤ ਸਾਰੇ ਵੱਡੇ ਜਿਹੜੇ ਬਰਤਨ 'ਚ ਪਾਇਆ ਹੈ ਇਸ ਨੂੰ ਤੁਸੀਂ ਥੱਲੇ ਹੁਣ ਉਤਾਰ ਲਓ। ਜਦੋਂ ਉਹਨਾਂ ਸੇਵਾਦਾਰ ਨੇ ਇਸ ਤਰ੍ਹਾਂ ਕੀਤੀ ਕਿ ਜਿੰਨਾ ਪਾਣੀ ਪਾਇਆ ਸੀਗਾ ਉਹਨੂੰ ਥੱਲੇ ਰੱਖ ਦਿੱਤਾ। ਜਦੋਂ ਪਾਣੀ ਕੁਛ ਟਾਈਮ ਠੰਡਾ ਹੋਇਆ ਤਾਂ ਕਲਗੀ ਧਰਮ ਮਹਾਰਾਜ ਨੇ ਜਿਹੜੇ ਪ੍ਰੇਮੀ ਸਿੰਘ ਜਿਹੜੇ ਸ਼ਿਕਾਇਤ ਕਰਦੇ ਸੀ ਕਿ ਸਾਨੂੰ ਕਲਗੀ ਧਰਮ ਮਹਾਰਾਜ ਨੇ ਅੰਦਰ ਨਹੀਂ ਤੋਰਿਆ ਅਤੇ ਭਾਈ ਮੇਲੇ ਨੂੰ ਜਿਹੜਾ ਸੀ ਉਹ ਦੋ ਮਹੀਨਿਆਂ ਦੇ ਅੰਦਰ ਹੀ ਉਹਨੂੰ ਆਪਣਾ ਨਿੱਜ ਸਰੂਪ ਦੇ ਦਰਸ਼ਨ ਕਰਾ ਦਿੱਤੇ ਹਨ। ਜਦੋਂ ਇਹ ਗੱਲ ਜਿਹੜੀ ਸੀ ਉਹਨਾਂ ਸਾਰਿਆਂ ਸਿੰਘਾਂ 'ਚ ਸੀਗੀ ਤਾਂ ਉਹਨਾਂ ਸਿੰਘਾਂ ਨੇ ਦੇਖਿਆ ਵੀ ਕਲਗੀ ਧਰਮ ਮਹਾਰਾਜ ਵੀ ਕਿਸੇ ਯੁਕਤ ਨਾਲ ਸਾਨੂੰ ਅੱਜ ਜ਼ਰੂਰ ਜਿਹੜਾ ਅੰਦਰ ਤੋਰਨਗੇ। ਪਰ ਉਹ ਇਹ ਨਹੀਂ ਸੀ ਜਾਣਦੇ ਕਿ ਕਲਗੀ ਧਰਮ ਮਹਾਰਾਜ ਅਸਲ ਦੇ ਵਿੱਚ ਤੁਹਾਨੂੰ ਦੱਸਣਾ ਕੀ ਚਾਹੁੰਦੇ ਹਨ। ਜਦੋਂ ਉਹ ਪਾਣੀ ਜਿਹੜਾ ਕੁਛ ਟਾਈਮ ਠੰਡਾ ਹੋਇਆ ਤਾਂ ਕਲਗੀ ਧਰਮ ਮਹਾਰਾਜ ਨੇ ਜਿੰਨੇ ਵੀ ਜਿਹੜੇ ਸ਼ਿਕਾਇਤ ਕਰਦਾ ਸਿੰਘ ਸੀਗੇ ਉਹਨਾਂ ਨੂੰ ਬੁਲਾ ਕੇ ਇਹ ਗੱਲ ਆਖੀ, ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ ਕਿ ਆਪਣਾ ਇਹਦੇ ਵਿੱਚੋਂ ਲੋਟੇ ਦੇ ਵਿੱਚੋਂ ਥੋੜ੍ਹਾ ਥੋੜ੍ਹਾ ਪਾਣੀ ਲੈ ਕੇ ਅਤੇ ਤੁਸੀਂ ਬਾਹਰ ਜਾ ਕੇ ਇਹਦੀਆਂ ਕਰੋਲੀਆਂ ਕਰਨੀਆਂ ਸ਼ੁਰੂ ਕਰੋ। ਜਦੋਂ ਇੰਨੀ ਗੱਲ ਕਹੀ ਤਾਂ ਜਿੰਨੇ ਵੀ ਸ਼ਿਕਾਇਤ ਕਰਦੇ ਜਿਹੜੇ ਸਿੰਘ ਸੀਗੇ ਉਹਨਾਂ ਨੇ ਆਪਣੇ ਜਿਹੜੇ ਸੀਗੇ ਗੜਮੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਪਾਣੀ ਦੇ ਨਾਲ ਉਸ ਭੰਗ ਵਾਲੇ ਪਾਣੀ ਦੇ ਨਾਲ ਭਰ ਕੇ ਉਹ ਬਾਹਰ ਗਏ। ਬਾਹਰ ਜਾ ਕੇ ਉਹਨੇ ਦਸ ਦਸ ਪੰਦਰਾਂ ਮਿੰਟ ਜਿਹੜੇ ਸੀ ਉਸ ਪਾਣੀ ਦੀਆਂ ਜਿਹੜੀਆਂ ਸੀ ਉਹ ਕਰੋਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਕਰੋਲੀਆਂ ਕਰਨੀਆਂ ਸ਼ੁਰੂ ਕੀਤੀਆਂ ਦੱਸੋ ਇਸ ਤਰ੍ਹਾਂ ਉਹ 10-15 ਮਿੰਟ ਜਿਹੜੇ ਸੀ ਉਹ ਭੰਗ ਵਾਲੇ ਪਾਣੀ ਦੀਆਂ ਜਿਹੜੇ ਨਾਲ ਦੇ ਪ੍ਰੇਮੀ ਸਿੰਘ ਸੀਗੇ ਸ਼ਿਕਾਇਤ ਕਰਦਾ ਜਦੋਂ ਕਰੋਲੀਆਂ ਕਰਕੇ ਹਟੇ ਅਤੇ ਫਿਰ ਕਲਗੀ ਧਰਮ ਮਹਾਰਾਜ ਨੇ ਉਹਨਾਂ ਸਾਰੇ ਪ੍ਰੇਮੀਆਂ ਨੂੰ ਫਿਰ ਵਾਪਸ ਬੁਲਾਇਆ। ਜਦੋਂ ਸਾਰੇ ਪ੍ਰੇਮੀ ਜਿਹੜੇ ਸੀ ਜਦੋਂ ਵਾਪਸ ਆਏ ਤਾਂ ਕਲਗੀ ਧਰਮ ਮਹਾਰਾਜ ਉਹਨਾਂ ਸਾਰੀਆਂ ਪ੍ਰੇਮੀਆਂ ਨੂੰ ਕਹਿਣ ਲੱਗੇ, ਕਹਿੰਦੇ ਵੀ ਤੁਹਾਨੂੰ 15-20 ਮਿੰਟ ਤੱਕ ਤੁਸੀਂ ਬਾਹਰ ਜਾ ਕੇ ਪਾਣੀ ਦੀਆਂ ਕਰੋਲੀਆਂ ਕੀਤੀਆਂ ਹਨ, ਇਸ ਸਾਨੂੰ ਇਹ ਤੁਸੀਂ ਦੱਸੋ ਵੀ ਇਹ ਜਿਹੜਾ ਭੰਗ ਦਾ ਪਾਣੀ ਹੈ ਤੁਸੀਂ 10-15 ਮਿੰਟ ਇਸ ਨੂੰ ਮੂੰਹ ਵਿੱਚ ਪਾ ਕੇ ਇਹਦਾ ਕਰੋਲੀਆਂ ਕਰਦੇ ਰਹੇ ਹੋ, ਸਾਨੂੰ ਇਹ ਦੱਸੋ ਕਿ ਇਸ ਭੰਗ ਦੇ ਪਾਣੀ ਦਾ ਤੁਹਾਡੇ ਉੱਤੇ ਕੋਈ ਨਸ਼ਾ ਹੋਇਆ ਹੈ।
जो इन्नी गल हुई तो सारे जड़े शिकायतकर्ता सज्जन सगे वह कलगी धर्मराज वल बिट बिट करके तकन लगे। वह तकदे तकदे कह लगे केंद्र महाराज बी भंग का असर किमें हो सकता है। ये शिकायतकर्ता जेडे सिंह से उन्हें जवाब दिता क्योंकि तुसी तो सानू भंग दियां करूड़ियां करन नूं कहा सीगा ते असी 15-20 मिनट भंग दियां करूड़ियां कीतियां हन। असी भंग अंदर थोड़ो नगाई है, तुसी सानू भंग खाण वास्ते थोड़ो कहा है। जे असी भंग खांदे फिर तो असी कह सकदे सी कि सानू भंग दा नशा हो गया है, पर जिहड़े असी करूड़ियां करदे सीगे तो सानू फिर करूड़ियां दा ही कोई नशा थोड़ा होना सीगा। जदों ये गल सिंघां ने कही तो फिर कलगी धर्म महाराज जिहड़े सी वह थोड़ा मुस्करा के चुप कर गए। जदों थोड़े चुप होए तो सिंह कलगी धर्म महाराज जी वाल बिट बिट करके जिहड़े सी उह तकण लगे। तो फिर कलगी धर्म महाराज कहण लगे कहिंदे भाई इहो ही तुहाडे सवाल का जवाब है। वह जदों ये गल कलगी धर्म महाराज ने उन्हां नूं दसी सी तो वह सारे कहण लगे कहिंदे महाराज भी असीं समझ नहीं भी साडे सवाल का जवाब ये किवें है। तो कलगी धर्म महाराज जिहड़े उह कहण लगे कहिंदे भाई देखो तुहानूं पवां बहुत साल हो गए हन, तुसी सेवा भी करते हो, गुरबाणी भी पढ़ते हो, बहुत बाणी तुसी कंठ भी कर ली है, पर तुसी केवल तो केवल जिमें भंग दियां मूँह च करूलियां करते हो इस तरह ही तुसी गुरबाणी दियां करूलियां करते हो। ये गुरबाणी दियां करूलियां करन दे नाल तुहाडे अंदर वो असर नहीं होया जिहड़ा भाई मेले जी दे अंदर होया है। भाई मेला जी पवां उन्हां नूं 1-2 महीने होए हन इस आनंदपुर साहब की धरती दे आया नूं, पर उन्होंने गुरबाणी दियां करूलियां नहीं कीतियां। उन्होंने गुरु के हरेक बचन नूं सत करके मनिया है ते अंदर हजम किया है। तो फिर कलगी धर्म महाराज ने इस पंक्ति नूं सारियां संगतां दे अगे जिहड़ा सी उह दृढ़ किया कि जे को खावे जे को पहुंचे तिसका होया दारो। जिवें मुलामणी महले का शब्द है कि थाल विच तिन वस्तु पायो सत संतोख बचारो, अमृत नाम ठाकर का पायो जिसका सबस आधारो। तो फिर नाल कहता जे को खावे जे को पहुंचे, जिहड़ा कोई खा लवे ते जे कोई नूं बचा लवे तिसका होए आधारो। कहिंदे भाई फिर उस दा हना कल्याण हो जांदा है। जदों कलगी धर्म महाराज ने ये बचन जिहड़े सीगे ये सिंघां दे प्रति जिहड़े सी रखे सी तो सारे सिंघ जिहड़े सीगे फिर ये बचन सुन के मन ही मन बहुत अपना कह सकते हैं कि थोड़े शर्मिंदे होए। वह कहण लगे कि बाकी गल आपदी ठीक है कि असीं गुरबाणी नूं उस जिहड़ा सी शरदा प्रेम दे नाल अंदर नहीं पढ़दे, जिस शरदा प्रेम दी बाणी जिहड़ी है सानू पढ़न वास्ते हदायत करदी है असीं वाकया ही गुरबाणी दियां करूलियां करदे हाँ, इस करके तो असीं अपने ढाडे निज सरूप दे दर्शन नहीं कर सके। जदों सिंघां ने यह गल कही तो फिर कलगी धर्म महाराज कहण लगे कहिंदे गल एक है कि गुरु तो सदा बख्शंद है, वह तो चाहुंदा है कि मेरे बच्चे जिहड़े हो जल्दी तरक्की करन, पर जे बच्चे ही जड़े ना तरक्की करनगे उस गल नूं हूब हूब ना मनणगे तो फिर किवें गल बनूगी। जिवें भाई गुरदास महाराज का शब्द है कि पूछक हैं पाथक मार्ग ना धरे पग, प्रीतम के देश कैसे वतन से जाइए। पूछत हैं पाथक मार्ग ना धरे पग, प्रीतम के देश कैसे वतन से जाइए। पूछत हैं सुहागण कर्म है दहागण के, हृदय पे विचार कैसे सेजा बुलाइए। अगे महाराज कहिंदे है कहिंदे भी दसो कि बंदे रास्ता पुछदे है, पूछत है पाथक मार्ग ना धरे पग, प्रीतम के देश कैसे। कहिंदे गल्लां बातां दे नाल वाहिगुरु दे देश नहीं पहुंचा जा सकता। कहिंदे पूछदे है सुहागण, कहिंदे पुछदे तो है असीं सुहागणा बनना है पर कम कहिंदे दुहागणा बारे करते हैं। रेदे पे विचार कैसे सेजा बुलाइए, कहिंदे किस तरह कहिंदे वाहिगुरु जिहड़ा है वह तुहानू अपनी सेज दे विच बुला सकता है। सो कहण दा भाव है अखीर महाराज ने कहा है कहिंदे गाए सुने आंखें मीचे पाइए ना परम पद, कहिंदे गाउण सुण दे नाल कहिंदे वाहिगुरु की खुशी नहीं प्राप्त कर सकते। जद तक कहिंदे गुर उपदेश गया जो लोह ना कमाइए, कहिंदे जिन्ना चक्कर गुरु का उपदेश जिहड़ा हैगा वह जिस तरह दिता है जे उस तरह के नाल ना कमाया जाए तो कहिंदे फिर जिहड़ी खेड वा असल विच नहीं बनती। सो कहण दा भाव यह है कि असी इस साखी तो इस प्रसंग तो यह शिक्षा लैनी है कि असी जो भी करना है सफलता जिहड़ी है असी सफल होना है, सफलता जिहड़ी अज विच जीना है ना कि कल विच जीना है।
इस करके जो भी करना है वह असी अज ही करना है। किसी इस तरह के नाल साडे जड़ा जीवन किसी इस तरह के नाल साडा ना बीते, जिवें भाई गुरदास जी ने अपनी कवित अनुसार बड़ा ही सुंदर जड़ा हैगा गुरबाणी राही अपनी गुरबाणी राही पक्की बाणी राही जड़े हैगे ये बचन जड़े है ये प्रकाशित किए हैं। वह महाराज लिखते हैं कहिंदे जैसे जल मद मीन महिमा न जाने, पुन जल बिन तलफ तलफ मर जात हैं। कहिंदे जिवें कहिंदे मच्छी जिहड़ी आ पानी विच रहिंदी है, जैसे जल मद मीन महिमा न जाने, कहिंदे जिवें मच्छी आ पानी विच रहिंदी है लेकिन पानी की महिमा नहीं जाती, पानी की महिमा नूं नहीं जानदी, पुन जल बिन तलफ तलफ मर जात हैं। पर कहिंदे जदों उहदा पानी नाल विछोड़ा पैंदा है तो पानी के विछोड़े विचों कहिंदे तड़फ तड़फ के मर जाती है। फिर दूसरा प्रमाण भाई साहब जी ने दिता है कहिंदे जैसे बन वस्त महात्मे न जाने, जिवें कहिंदे जिहड़े हैगे आ अपने जानवर जिहड़े जंगल 'च रहिंदे हन, जद तक वह जंगल 'च रहिंदे हन कहिंदे वह जंगल की महिमा नूं नहीं जानते, पर कहिंदे उन्हां नूं जंगल की महिमा तो उदों पता लगता है। भाई साहब कहिंदे कहिंदे पुन पर बस पए खग मिर्ग अकुलात हैं, कहिंदे जदों वह पराए किसी शिकारी के जाड़ विच फस जांदे आ तो फिर कहिंदे उन्हां नूं जंगल चेते आउंदा है, जदों शिकारी उन्हां नूं अपने जाल विच फसा के जिहड़ा हैगा अपने घर लै जांदा है, फिर कहिंदा उन्हां जंगल की महिमा का पता लगता है। सो तीसरा प्रमाण भाई साहब हुणे दिता है कहिंदे जैसे प्रिया संगम के सुखे ना जाने त्रिया, जिवें कहिंदे इस्त्री जिहड़ी है जिस अपने पति नाल ब्याही हुंदी है कहिंदे जद तक उहदा जिहड़ा हैगा वह ब्याह जिहड़ा हैगा वह अपने पति नाल चलदा रहिंदा है, कहिंदे सुखे ना जाने त्रिया, कहिंदे वह पति दे अपने गुणा नूं नहीं जानदी, भाव कि पति नूं उन्ना सुख नहीं दिंदी, उन्ना नहीं पछाणदी, पर कहिंदे वह पति दा जिहड़ा सुख है वह इस्त्री नूं कदों पता लगदा है। अगे महाराज कहिंदे कहिंदे बिशरत बिरहा बिरथा के बिललात हैं, पर कहिंदे जदों उहदा पति दा विछोड़ा जिहड़ा है वह उहदी इस्त्री दे नाल हो जाता है तो कहिंदे फिर उस विछोड़े तो बाद इस्त्री नूं पति दा पता लगदा है कि मेरे पति दा असल विच जिहड़ा सीगा वह की सीगा, मेरा पति मेरा देवता है, ये गल जिहड़ी है उहनूं बाद विच पता लगदी है, पर जद तक वह उहदे नाल रहिंदी है वह अपने पति की महिमा नूं नहीं जानदी। इस तरह महाराज कहिंदे हन तैसे गुर चरण शरण आत्मा चेत, इस तरह कहिंदे जद तक गुरु सिख जिहड़े गुरसिख है कहिंदे अपने पंथ के अंदर रहिंदे हन, भाव कि सिक्खी के अंदर संगतां के अंदर सेवा पाणी भी करते हैं, तैसे गुर चरण शरण आत्मा चेत, कहिंदे उहदी आत्मा जिहड़ी सिखां दी उहनां चकर कहिंदे चेत नहीं हुंदी, भाव कि उहनां दी आत्मा नूं उस टाइम उदों तक हलूणा नहीं मिलदा, कहिंदे कदों हलूणा मिलदा है, कहिंदे महाराज कहिंदे कहिंदे अंतर परत सिमरत पछतात हैं, कहिंदे जदों अखीर उहनां दा जिहड़ा सी उह पंथ दे नालों विछोड़ा हो जांदा है, भाव की आ इहो जिहे गुरसिख जदों जिहड़े है जमा दी पकड़ विच आ जांदे हन, भाव की आ धर्मराज दे लेखे विच फस जांदे हन, फिर उहनां नूं साध संगत दी महिमा गुरपंथ दी महिमा फिर चेते आउंदी है कि जिन्हां ने तां नाम जपिया है, जिवें बाबे नानक ने कहा जिन्नी नाम ध्याया गए मुशक्कत घाल, कहिंदे जिन्हां ने तां नाम जपिया है कहिंदे उह तां मुशक्कतां घाल के बहुत उच्चे मंडल दे वासी हो गए हन, ते असीं धर्मराज दे जिहड़े दरबार विच जा के मुड़ के फिर कहिंदे ये 84 दे चक्करां दे गेड़ दे विच फस गए हाँ, फिर कहिंदे ऐसा जिहड़े हैगे आ ये वह गुरसिखां नूं फिर अंदर पछतावा हुंदा है। इस करके भाई साहब ने कहा तैसे गुर चरण शरण आत्मा अचेत, कहिंदे अंतर परत सिमरत पछतात हैं, कहिंदे वो अखीर दे विच उह पछताउंदे हन, जिवें गुरबाणी दा जिहड़ा हैगा वह श्लोक है वह की है कि फिरदा लूटना है तो लूट लै राम नाम है लूट, फिर पासे पछताएंगे प्राण जाएंगे छूट, भाव कि जद तक तो साढ़े को अवसर हुंदा हैगा उस टाइम असी गुरबाणी नूं लुटदे नहीं, गुरबाणी की महिमा नहीं जानते, गुरु ग्रंथ साहब की वडियाई नूं नहीं जानते, लेकिन जदों ये शरीर छुट जाता है तो फिर असी जदों उस काल भी उहदे चक्कर विच फस जाते हैं, फिर सानू धन गुरु ग्रंथ साहब की याद आती है, फिर सानू महापुरखों के बचना की याद आती है, फिर असी अपने आप का सिर जिहड़ा सी उस धर्मराज की कचहरी च पिटदे हाँ कि असी ये जिहड़ा कम क्यों नहीं किया, क्यों सारी जिंदगी जिहड़ी धंधिया धंधारा
ते भोगां ते विशे वकारां विच खर्च कर दित्ती है। पर फिर उस टाइम रोण दा पछताउण दा कोई फायदा नहीं हुंदा क्योंकि वह समां लंघ चुका हुंदा है। सो सानू ये जिहड़ी है इस प्रसंग तों भाई मेला जी तों ये शिक्षा मिलती है कि सानू जिहड़ा हैगा धन गुरु ग्रंथ साहब दे अगे समर्पित होना हो जाना चाहीदा हैगा। जदों सिख गुरु ग्रंथ साहब दे अगे समर्पित हो जाएगा गुरु ग्रंथ साहब दे अगे साडा पूर्ण भरोसा बच जाएगा। असल दे विच फिर ही साडी चढ़दी कला होएगी, फिर ही साडा जिहड़ा जीवन उच्चा होएगा, साडी सुरत उच्ची होएगी, साडी बुद्ध उच्ची होएगी, तो सानू दरगाह दे विच फिर मान सन्मान जिहड़ा हैगा जरूर प्राप्त होएगा। सो इन्ने बचना दे नाल दास आप सारिया संगतों तो खिमा का जाचक है जी। बचन करदे आ जड़े है ये कथा करदे आ बहुत सारिया जड़िया गलतियां वो सुभाविक ही हो जांदियां हन। सो आप सारी संगत बख्शण योग है जिवें संगत दास नूं पहलां ही अपना बड़ा प्यार बख्श रही है। सो दास उम्मीद करदा ये संगत इस तरह प्यार बख्शती रहेगी ते दास भी आप नूं गुरबाणी दियां बहुत सारिया कथावां जिहड़ियां हैगियां वो सुना सुना के अपना जीवन जिहड़ा है वो भी सफला करन दा कोशिश करेगा। तो सारिया संगतां जिहड़ियां हैगियां वो पहली दी तरह दास नूं अपनियां सीसां जिहड़ियां इसे तरह भेजदियां रहणगियां। सो फतेह बुलाओ जी, वाहिगुरू जी का खालसा वाहिगुरू जी की फतेह।